ਪ੍ਰਸੰਗ ਜੀ ਅਨੁਯਾਤੋੜਾ ਬਹੁਤ ਬਹੁਤ ਸਵਾਗਤ ਹੈ ਵੈਲਕਮ ਥੈਂਕ ਯੂ ਜੀ ਅੱਜ ਦੀ ਗੱਲ ਬੜੀ ਦਿਲਚਸਪ ਰਹਿਣੀ ਆ ਇਹ ਲੋਕ ਕੀ ਕਹਿਣਗੇ ਜੀ ਅਮ ਕਹਿੰਦੇ ਵੀ ਲੋਕ ਕੁਝ ਤਾਂ ਕਹਿਣਗੇ ਲੋਕੋ ਦਾ ਕੰਮ ਹੈ ਕਹਿਣਾ ਇਹ ਕਿਹੜੇ ਲੋਕ ਨੇ ਪਰਸੋਂ ਮੈਂ ਇਹ ਅੱਜ ਤੁਹਾਨੂੰ ਡਿਸਕਸ ਕਰਨਾ ਚਾਹਣਾ ਜੀ ਨਜ਼ਰਦਾਰ ਹਮੇਸ਼ਾ ਵਰਡ ਵਰਡ ਖਾਈ ਜਾਂਦਾ ਹੈ ਸਾਡੀ ਸੋਸਾਇਟੀ ਦਾ ਹੀ ਹਿੱਸਾ ਨੇ ਔਰ ਪਿਆਰ ਲੋਕਾਂ ਲਈ ਸੀਓ ਲੋਕ ਬਣ ਜਾਂਦੇ ਆ ਕਈ ਸਾਡੇ ਲਈ ਉਹ ਲੋਕ ਬਣ ਜਾਂਦੇ ਨੇ ਜੇ ਜਿਹੜੀ ਨੁਕਤਾ ਚੀਨੀ ਹੈ ਇਹਦੇ ਬਾਰੇ ਜ਼ਰੂਰ ਸਾਨੂੰ ਸਮਝਾਓ ਦੇਖੋ ਥੇਮ ਸਰ ਇੱਕ ਤਾਂ ਗੱਲ ਆ ਕਿ ਜਰ ਹਰ ਬੰਦਾ ਕੋਈ ਇੱਕ ਸਿੰਪਥੈਟਿਕ ਮਾਹੌਲ ਦੇ ਵਿੱਚ ਰਹਿਣਾ ਚਾਹੁੰਦਾ ਆਲੇ ਦੁਆਲੇ ਉਹਦਾ ਹਮਦਰਦੀ ਭਰਿਆ ਹੋਵੇ ਆਲੇ ਦੁਆਲੇ ਜਿਹੜੇ ਆ ਉਹਦੀ ਗੱਲ ਮੰਨਣ ਉਹ ਉਹਨੂੰ ਠੀਕ ਸਮਝਣਾ ਜਿਹੜੀ ਉਹ ਗੱਲ ਕਹਿੰਦਾ ਹਾਂਜੀ ਇਹ ਬਿਲਕੁਲ ਠੀਕ ਹੈ ਜਾ ਕੇ ਉਹਦੀ ਗੱਲ ਉਲਟਣ ਨਾ ਉਹ ਇਦਾਂ ਦਾ ਚਾਹੁੰਦਾ ਪੇ ਚਾਹੇ ਉਹਦਾ ਪਰਵਾਰ ਆ ਚਾਹੇ ਉਹਦਾ ਹਲਾਦ ਵਾਲਾ ਆ ਭਾਈਚਾਰਾ ਆ ਕੋਈ ਵੀ ਗੱਲ ਉਹਦੀ ਮੰਨ ਗੱਲ ਹੋਵੇ ਤੇ ਠੀਕ ਹੋ ਉਹ ਫੇਰ ਖੁਸ਼ ਰਹਿੰਦਾ ਉਹਦੇ ਵਿੱਚ ਆ ਕਿ ਹਰ ਬੰਦਾ ਇਹ ਚਾਹੁੰਦਾ ਪੇ ਮੇਰਾ ਆਗਲਾ ਤੋੜਾ ਸਿੰਪੈਥੈਟਿਕ ਹੋਵੇ ਮੇਰੇ ਵੱਲੋਂ ਹਮ ਅੱਛਾ ਦੂਸਰੀ ਗੱਲ ਇਹ ਹੈਗੀ ਆ ਪੇ ਤੁਸੀਂ ਦੇਖੋ ਫੇਰ ਇਸ ਵੇਲੇ ਬਹੁਤ ਲੋਕ ਐਸੇ ਵੇਲੇ ਉਹ ਟੈਨਸ਼ਨ ਚਾ ਸਟ्रेस ਦੇ ਵਿੱਚ ਆ ਆਪਣੇ ਜਿਹੜਾ ਹੈਗਾ ਡਿਪਰੈਸ਼ਨ ਚਾ ਇਵਨ ਸੁਇਸਾਈਡ ਵੀ ਹੈਗੇ ਆ ਉਹ ਕਿਉਂ ਆ ਉਹ ਹੋ ਇਹ ਤਾਂ ਹੈ ਨਹੀਂ ਮਸਲਾ ਇੱਥੇ ਕੈਨੇਡਾ ਜੇ ਬੇ ਬੀ ਰੋਟੀ ਨਹੀਂ ਮਿਲਦੀ ਤਾਂ ਬੰਦਾ ਡਿਪਰੈਸ਼ਨ ਚਲੇ ਗਿਆ ਜਾਂ ਉਹਨੂੰ ਹੋਰ ਲੋੜਾਂ ਨਹੀਂ ਹੈ ਕਪੜਾ ਨਹੀਂ ਹੁੰਦਾ ਡਿਪਰੈਸ਼ਨ ਚਲੇ ਗਿਆ ਉਹ ਜਿਹੜਾ ਹੈਗਾ ਜੀ ਉਹ ਜਿਸ ਵੇਲੇ ਡਿਪਰੈਸ਼ਨ ਦੇ ਵਿੱਚ ਜਾਂ ਇਵਨ ਸੁਸਾਇਸਾਈਡ ਦੇ ਵਿੱਚ ਵੀ ਲੋਕ ਜਾਂਦੇ ਆ ਉਹ ਇਸ ਗੱਲ ਕਰਕੇ ਨਹੀਂ ਆ ਜਾਂਦੇ ਪਏ ਨਹੀਂ ਹੈ ਉਹ ਆਇਆ ਫਿਰ ਜਾਂ ਤਾਂ ਉਹਨਾਂ ਨੂੰ ਇਹ ਲੱਗਦਾ ਪੇ ਬੇ ਬਿਲਕੁਲ ਸਾਡੀ ਗੱਲ ਕੋਈ ਮੰਨਦਾ ਨਹੀਂ ਹੈ ਸਾਡੇ ਨਾਲ ਸਹਿਮਤ ਨਹੀਂ ਹੁੰਦੇ ਹੈ ਬੰਦੇ ਮੈਨੂੰ ਖਾਮ ਖਾ ਕਰਿਟਿਕਾਈਜ਼ ਕਰੀ ਜਾਂਦੇ ਆ ਮੇਰੀ ਗੱਲ ਨਹੀਂ ਮੰਨਦੇ ਔਰ ਬਿਲਕੁਲ ਚਾਹੇ ਮੇਰਾ ਪਰਿਵਾਰ ਆ ਜਾਵੇ ਮੇਰਾ ਆਲਾ ਦੋਲਾ ਭਾਈਚਾਰ ਆ ਜਾ ਕੇ ਉਹ ਹਰ ਗੱਲ ਮੇਰੀ ਹਲਦਦਾ ਆ ਔਰ ਉਹਨੂੰ ਇਹ ਇਮਪ੍ਰੈਸ਼ਨ ਹੁੰਦਾ ਵੀ ਲਾਈਫ ਉਦਾਂ ਨਹੀਂ ਚੱਲ ਰਹੀ ਜਿੱਦਾਂ ਮੈਂ ਚਲਾਉਣੀ ਚਾਹੁੰਦਾ ਔਰ ਇੱਕ ਤਾਂ ਵੈਸੇ ਮੈਂ ਇਹ ਗੱਲ ਸਾਰਿਆਂ ਨੂੰ ਦੱਸਣਾ ਵੀ ਇਸ ਗੱਲ ਬਾਰੇ ਸਾਰੇ ਕਲੀਅਰ ਹੋ ਜਾਓ ਕਿਸੇ ਬੰਦੇ ਦੀ ਵੀ ਲਾਈਫ ਬਿਲਕੁਲ ਉਦਾਂ ਨਹੀਂ ਚਲਦੀ ਜਿੱਦਾਂ ਉਹ ਚਲਾਉਣੀ ਚਾਹੁੰਦਾ ਕਿਸੇ ਦੀ ਵੀ ਨਹੀਂ ਚੱਲਦੀ ਇਸ ਕਰਕੇ ਇਹਦੇ ਤੇ ਬਹੁਤਾ ਨਾਇਆ ਹੋਏ ਪਰ ਉਹ ਬੰਦਾ ਚਾਹੁੰਦਾ ਏਦਾਂ ਵੀ ਹਰ ਵਾਰ ਉਦਾਂ ਲਾਈ ਚੱਲੇ ਜਿੱਦਾਂ ਮੈਂ ਚਲਾਉਣੀ ਚਾਹਨਾ ਹੈ ਫਿਰ ਉਹਦੇ ਬਦਲੇ ਵਿੱਚ ਆ ਕੁਝ ਹੁੰਦਾ ਹੈਗਾ ਜੋ ਹੁੰਦਾ ਇਹ ਜਿਹੜੇ ਸਾਰੀਆਂ ਚੀਜ਼ਾਂ ਬੰਦੇ ਨੂੰ ਇੱਧਰ ਲਜਾਨੀਆਂ ਡਿਪਰੈਸ਼ਨ ਵੱਲ ਨੂੰ ਈਵਨ ਸੁਇਸਾਈਡ ਵੱਲ ਨੂੰ ਉਹਦੇ ਵਿੱਚ ਇੱਕ ਆ ਜਿਹੜੀ ਬੜੀ ਸਭ ਤੋਂ ਇੰਪੋਰਟੈਂਟ ਆ ਲੋਕ ਕੀ ਕਹਣ ਉਹ ਕੀ ਲੋਕ ਕਹਿਣਗੇ ਹੁਣ ਲੋਕਾਂ ਦੇ ਡਰ ਤੋਂ ਹੀ ਪਰਸਪ ਲੋਕਾਂ ਨੇ ਕਈ ਇਹ ਜਿਹੇ ਕੰਮ ਕੀਤੇ ਆ ਬਈ ਜਿਹੜੇ ਉਹ ਕਰਨਾ ਨਹੀਂ ਸੀ ਚਾਹੁੰਦੇ ਉਹਨਾਂ ਨੂੰ ਪਤਾ ਸੀ ਬੀਅਾ ਠੀਕ ਨਹੀਂ ਇਹ ਟੁਕਮਾ ਨੇ ਅੱਜ ਵੀ ਅੱਜ ਜਿਹੜੀ ਤੁਸੀਂ ਮੁਹੱਜ਼ਬ ਸੁਸਾਇਟੀ ਤੁਸੀਂ ਕਹਿੰਦੇ ਹੋ ਅਸੀਂ ਵਿਕਸਿਤ ਹੋਈ ਹੋਈ ਸੁਸਾਇਟੀਆਂ ਇਹਦੇ ਵਿੱਚ ਵੀ ਬਹੁਤ ਲੋਕਾਂ ਨੂੰ ਪਤਾ ਕਿ ਆਹ ਜਿਹੜੀਆਂ ਚੀਜ਼ਾਂ ਅਸੀਂ ਕਰ ਰਹੇ ਹਾਂ ਰੋਜ਼ਾਨਾ ਇਹ درست ਨਹੀਂ ਹਨ ਔਰ ਕਈ ਉਹਦੇ ਨਾਲ ਸਹਿਮਤ ਵੀ ਹੈ ਨਹੀਂਗੇ ਪਰ ਫਿਰ ਵੀ ਉਹ ਕਰ ਹੀ ਜਾਂਦੇ ਆ ਉਹਨਾਂ ਦੇ ਵਿੱਚੋਂ ਇੱਕ ਨਾਲ ਦਾ ਕੋਈ ਇਹ ਹੀ ਕਹਿ ਦਿੰਦਾ ਫਿਰ ਲੋਕ ਕੀ ਕਹਿਣਗੇ ਲੋਕਾਂ ਦੇ ਡਰ ਤੋਂ ਆਪਣੇ ਮਨਵਿਰੋਧੀ ਆਪਾਂ ਉਹ ਰੁੱਦੀ ਗੱਲਾਂ ਕਰੀ ਜਾਣੀਆਂ ਕਿਦਰ ਲਈ ਸਿਆਣ ਦੇਖੋ ਸਤਿ ਸ੍ਰੀ ਅਕਾਲ ਹੁਣ ਇਹਦੇ ਬਾਰੇ ਆਪਾਂ ਜਿੰਨਾ ਟਾਈਮ ਹੈਗਾ ਉਹਦੇ ਤੇ ਗੱਲ ਜ਼ਰੂਰ ਕਰਾਂਗੇ ਹੁਣ ਇਹਦੇ ਤੇ ਪਹਿਲਾਂ ਥੋੜੀ ਇਹ ਬੈਕਗ੍ਰਾਉਂਡ ਤੇ ਚੱਲੀਏ ਜੀ ਹੂੰ ਦੇਖੋ ਜਿਸ ਵੇਲੇ ਆਪਣੇ ਸਮਾਜ ਹੋਂਦ ਦੇ ਵਿੱਚ ਆਇਆ ਜਿਸ ਵੇਲੇ ਬੰਦਾ ਜਿਹੜਾ ਹੈਗਾ ਜਦੋਂ ਆਪਾਂ ਆਪਾਂ ਕਈ ਵਾਰ ਇਹਦੇ ਤੇ ਗੱਲ ਕੀਤੀ ਆ ਵੀ ਜਦੋਂ ਪ੍ਰਾਪਰਟੀ ਹੋਂਦ ਦੇ ਵਿੱਚ ਆ ਗਈ ਤਾਂ ਪ੍ਰਾਪਰਟੀ ਹੋਂਦ ਦੇ ਵਿੱਚ ਆ ਕੇ ਪਰਿਵਾਰ ਹੋਂਦ ਦੇ ਵਿੱਚ ਆ ਗਿਆ ਪਰਿਵਾਰ ਤੋਂ ਬਾਅਦ ਸਮਾਜ ਹੋਂਦ ਦੇ ਵਿੱਚ ਆ ਗਿਆ ਹੁਣ ਦੋ ਕਾਨੂੰਨ ਬਣੇ ਜੀ ਇੱਕ ਜਿਹਨੂੰ ਆਪਾਂ ਕਹਿੰਦੇ ਆ ਗਵਰਨਮੈਂਟ ਦੇ ਕਾਨੂੰਨ ਆ ਇੱਕ ਜਿਹੜੇ ਹੈਗੇ ਆ ਸਮਾਜਿਕ ਕਾਨੂੰਨ ਆ ਜਿਹੜੇ ਹੁਣ ਸਮਾਜਿਕ ਕਾਨੂੰਨ ਆ ਇਹ ਸਮਝੋ ਅਨਰਿਟਨ ਲਾ ਆ ਬਦਲਦੇ ਰਹਿੰਦੇ ਆ ਬਦਲਦੇ ਰਹਿੰਦੇ ਆ ਅੱਛਾ ਉਹ ਜਿਹੜੇ ਹੈਗੇ ਆ ਇਹ ਪਹਿਲਾਂ ਇੱਕ ਇਹ ਦੇਖ ਲੈਣਾ ਚਾਹੀਦਾ ਜਿਹੜੇ ਸਮਾਜਿਕ ਕਾਨੂੰਨ ਆ ਇਹ ਗਵਰਨਮੈਂਟ ਦੇ ਕਾਨੂੰਨ ਨਾਲੋਂ ਪਹਿਲਾਂ ਹੋਂਦ ਵਿੱਚ ਆਏ ਆ ਇਹ ਪਹਿਲਾਂ ਆਏ ਆ ਪਹਿਲਾਂ ਸਮਾਜ ਜਿਸਲੇ ਵੱਜਾ ਉਸ ਵੇਲੇ ਬਈ ਆ ਗੱਲ ਠੀਕ ਨਹੀਂ ਆ ਆ ਨਹੀਂ ਕਰਨੀ ਆ ਨਹੀਂ ਕਰਨੀ ਆ ਨਹੀਂ ਕਰਨੀ ਅੱਛਾ ਉਸ ਵੇਲੇ ਬਾਅਦ ਦੇ ਵਿੱਚ ਜਦ ਫਿਰ ਗਵਰਨਮੈਂਟਾਂ ਫਿਰ ਗਵਰਨਮੈਂਟਾਂ ਨੇ ਆਪਣੇ ਕਾਨੂੰਨ ਬਣਾ ਲਏ ਆਪਣੇ ਉਹ ਉਹ ਫਿਰ ਲਾਗੂ ਕਰਦੇ ਉਹ ਜ਼ੋਰ ਨਾਲ ਲਾਗੂ ਕਰਦੇ ਹੁਣ ਇਹ ਜਿਹੜੇ ਸਮਾਜਿਕ ਕਾਨੂੰਨ ਆ ਇਹ ਜਿਸ ਵੇ ਇਹ ਇੱਕ ਤਾਂ ਹਰ ਖਿੱਤੇ ਦੇ ਵਿੱਚ ਹਰ ਟਾਈਮ 'ਤੇ ਬਦਲਦੇ ਵੀ ਆ ਖਿੱਤੇ ਦੇ ਵਿੱਚ ਵੀ ਅਲੱਗ-ਅਲੱਗ ਆ ਹਮਮ ਔਰ ਇਨ੍ਹਾਂ ਕਾਨੂੰਨਾਂ ਦੇ ਕੋਲ ਜਿਹੜੀ ਇਹਨਾਂ ਨੂੰ ਆਪਣਾ ਲਾਗੂ ਕਰਾਉਣ ਦੀ ਸ਼ਕਤੀ ਆ ਇਹਨਾਂ ਕੋ ਕੋਈ ਗਵਰਨਮੈਂਟ ਸ਼ਕਤੀ ਨਹੀਂ ਹੈ ਲਾਗੂ ਕਰਾਉਣ ਦੀ ਇਹਨਾਂ ਕੋਈ ਤਾਂ ਸਮਾਜਿਕ ਸ਼ਕਤੀ ਹੈ ਲਾਗੂ ਕਰਾਉਣ ਦੀ ਜੇ ਉਹ ਸਮਾਜਿਕ ਸ਼ਕਤੀ ਇਹਨਾਂ ਦੇ ਕਿਦਾਂ ਦੀ ਹੈ ਉਹ ਇਲਾਕੇ ਤੇ ਉਹ ਇਲਾਕਾ ਡਿਫਰ ਕਰਦੀ ਹੈ ਬਦਲਦੀ ਹੈ ਕਈ ਜਗ੍ਹਾ ਤੇ ਇਹ ਆ ਜੀ ਪਈ ਇਹਦੇ ਜੁੱਤੀਆਂ ਮਾਰੋ ਕਈ ਜਗ੍ਹਾ ਤੇ ਇਹਦਾ ਮੂੰਹ ਕਾਲਾ ਕਰ ਦਿਓ ਹੋਕਾ ਪਾਣੀ ਬੰਦ ਕਰ ਦਿਓ ਹੋਕਾ ਪਾਣੀ ਬੰਦ ਕਰ ਦਿਓ ਇਹਦਾ ਜਾ ਕੇ ਇਹਨੂੰ ਗਧੇ ਤੇ ਚੜਾ ਕੇ ਕਰੋ ਜਾ ਕੇ ਤੇ ਉਹ ਇਸ ਕਿਸਮ ਦਾ ਸਮਾਜਿਕ ਨੂੰ ਔਰ ਸਥਾਨ ਸਭ ਕਈ ਇਲਾਕੇ ਐਸੇ ਵੀ ਹੈਗੇ ਆ ਜਿਨ੍ਹਾਂ ਦੇ ਵਿੱਚ ਸਮਾਜਿਕ ਕਾਨੂੰਨ ਇਦਾਂ ਦੇ ਹੈਗੇ ਆ ਕਿ ਜੇ ਇਹਨਾਂ ਆਹ ਕੰਮ ਇਹਨ ਹੁਣ ਕਰ ਦਿੱਤਾ ਇਦੇ ਬਦਲੇ ਵਿੱਚ ਇਹ ਲੜਕੀ ਦੇਵੇ ਆਪਣੀ ਇਹਨਾਂ ਨੂੰ ਰਿਸ਼ਤੇ ਦੇ ਵਿੱਚ ਅੱਛਾ ਇੰਨੇ ਸਖਤ ਵੀ ਹੈਗੇ ਆ ਤੇ ਉਹ ਲੜਕੀ ਵਿਆਹ ਦੇ ਇਹਨਾਂ ਦੇ ਵਿੱਚ ਆ ਕੇ ਹੁਣ ਜੇ ਇਹ ਨਾ ਆ ਕਿਸੇ ਨਾਲ ਜੇ ਉਹਦੀ ਭੈਣ ਨਾਲ ਜ਼ਿਆਦਤੀ ਕੀਤੀ ਤਾਂ ਐ ਕਰ ਇਦਾਂ ਦੇ ਕਾਨੂੰਨ ਇਹਨਾਂ ਦੇ ਹੈਗੇ ਸਮਾਜਿਕ ਕਾਨੂੰਨ ਜਿਹੜੇ ਹੈਗੇ ਆ ਉਹ ਕਾਨੂੰਨ ਇਸ ਤਰ੍ਹਾਂ ਜਿਹੜੇ ਹੈਗੇ ਆ ਉਹ ਚੱਲਦੇ ਗਏ ਚੱਲਦੇ ਗਏ ਇਹ ਔਰ ਬਦਲਦੇ ਗਏ ਅੱਛਾ ਇਹ ਕਾਨੂੰਨ ਫੇਰ ਆਪਾਂ ਇੱਕ ਦੇਖ ਲਈਏ ਇਹ ਜਿਹੜੇ ਕਾਨੂੰਨ ਹੈ ਜਿਹਨਾਂ ਨੂੰ ਆਪਾਂ ਲੋਕ ਕਹਿੰਦੇ ਹੈਗੇ ਲੋਕ ਕੀ ਕਹਿਣਗੇ ਇਹ ਜਿਹੜੇ ਹੈਗੇ ਆ ਇਹ ਵਿਲੇਜ ਲਾਈਫ ਦੇ ਉੱਤੇ ਜ਼ਿਆਦਾ ਅਫੈਕਟਿਵ ਆ ਸਿਟੀ ਲਾਈਫ ਤੇ ਉਨੇ ਅਫੈਕਟਿਵ ਨਹੀਂ ਹੈ ਹੂੰ ਇਹਦੇ ਪਿੰਡਾਂ ਦੇ ਵਿੱਚ ਇਹਦਾ ਅਸਰ ਆ ਵੀ ਲੋਕ ਕੀ ਕਹੂਗੇ ਯਾਰ ਲੋਕ ਕਿਉਂਕਿ ਭਾਈਚਾਰਾ ਹੁੰਦਾ ਨਾ ਜੀ ਕਿਉਂਕਿ ਭਾਈਚਾਰਾ ਹੁੰਦਾ ਔਰ ਉਹ ਸੈਂਕੜੇ ਸਾਲਾਂ ਦਾ ਤੁਰਿਆ ਭਾਈਚਾਰਾ ਆ ਉਹ ਸੈਂਕੜੇ ਸਾਲਾਂ ਤੋਂ ਇਕੱਠੇ ਉੱਥੇ ਹੀ ਰਹਿੰਦੇ ਆ ਰਹੇ ਆ ਸ਼ਹਿਰ 'ਚ ਇਦਾਂ ਨਹੀਂ ਹੈ ਵੀ ਤੁਸੀਂ ਸੈਂਕੜੇ ਕਰਦੇ ਕੋਈ ਕਿਸੇ ਦਾ ਕੋਈ ਕਿਥੋਂ ਕਿਥੋਂ ਆਇਆ ਹੈ ਅੱਛਾ ਇਹਦੇ ਨਾਲ ਹੀ ਨਾਲ ਇਹ ਐਗਰੀਕਲਚਰ ਲਾਈਫ ਦੇ ਉੱਤੇ ਜ਼ਿਆਦਾ ਆ ਇੰਡਸਟਰੀਅਲ ਲਾਈਫ ਤੇ ਉਨੇ ਨਹੀਂ ਹੈ ਜਾ ਕੇ ਹੂੰ ਕਿਉਂਕਿ ਉਹ ਬਦਲਦੇ ਰਹਿੰਦੇ ਆ ਹੁਣ ਦੇਖੋ ਤੁਸੀਂ ਸ਼ਹਿਰ ਦਾ ਸ਼ਹਿਰ ਚ ਵਿਆਹ ਹੋ ਜੇ ਕੋਈ ਇਤਰਾਜ਼ ਨਹੀਂ ਪਿੰਡ ਦਾ ਪਿੰਡ ਚ ਵਿਆਹ ਹੋ ਜੇ ਤਾਂ ਉਹਦੇ ਤੇ ਉਹ ਮੂਲ ਖੜਾ ਹੋ ਜਾਂਦਾ ਉਹ ਮੂਲ ਖੜਾ ਔਰ ਪਿੰਡ ਦੇ ਵਿੱਚ ਉਹ ਅਫੈਕਟਿਵ ਜ਼ਿਆਦੇ ਆ ਉਹ ਪਿੰਡ ਦੇ ਵਿੱਚ ਲੋਕ ਜ਼ਿਆਦਾ ਕਰਦੇ ਆ ਸ਼ਹਿਰ ਦੇ ਵਿੱਚ ਜ਼ਿਆਦਾ ਕਰਦੇ ਨਹੀਂ ਇੱਕ ਤਾਂ ਇਹ ਸ਼ਹਿਰ ਤੋਂ ਪਿੰਡ ਤੋਂ ਇਹ ਹੋਰ ਸ਼ਹਿਰ ਤੇ ਹੋਰ ਐਗਰੀਕਲਚਰ ਤੇ ਹੋਰ ਇੰਡਸਟਰੀਅਲ ਤੇ ਹੋਰ ਆ ਕੇ ਇੱਕ ਜਿਹੜੇ ਹੈਗੇ ਆ ਇੱਕ ਹੁਣ ਇਹ ਵੀ ਆ ਕਿ ਇਹਨਾਂ ਦੀ ਜਿਹੜੀ ਹੁਣ ਪਾਵਰ ਆ ਹੌਲੀ ਹੌਲੀ ਘਟ ਰਹੀ ਆ ਗਵਰਨਮੈਂਟ ਦੇ ਕਾਨੂੰਨ ਦੀ ਪਾਵਰ ਹੌਲੀ ਹੌਲੀ ਵੱਧ ਰਹੀ ਹੈ ਕਿ ਉਹਦਾ ਜਾਦੇ ਹੋ ਰਿਹਾ ਇਹ ਘਟ ਹੋ ਰਿਹਾ ਬਾਕੀ ਇਹਦੇ ਵਿੱਚ ਦੇਖੋ ਇਹਦੇ ਵਿੱਚ ਪ੍ਰੈਸ਼ਰ ਇਹਦਾ ਇੰਨਾ ਜਿਆਦਾ ਹੁੰਦਾ ਇੰਨਾ ਪ੍ਰੈਸ਼ਰ ਜਿਆਦਾ ਹੁੰਦਾ ਰਿਹਾ ਕਿ ਇਹਦੇ ਕਰਕੇ ਲੋਕ ਮਰਨ ਤੱਕ ਜਾਂਦੇ ਆ ਤੇ ਮੈਂ ਮੈਂ ਤੁਹਾਨੂੰ ਇੱਕ ਮਿਸਾਲ ਦੇਣਾ ਮੇਰੇ ਇਹ ਇਹ ਗੱਲ ਹੈਗੀ ਆ ਜੀ ਉਹ ਦੱਸਦੇ ਆ ਕਿ 1905-7 ਦੀ ਗੱਲ ਹੈਗੀ ਆ ਮੇਰੇ ਬਾਬੇ ਉਹਨੂੰ ਜਾਣਦੇ ਆ ਉਹ ਕਹਿੰਦੇ ਵੀ ਸਾਡੇ ਨਾਲ ਦੇ ਪਿੰਡ ਜਾ ਕੇ ਇੱਕ ਮੁੰਡੇ ਨੇ ਪਿੰਡ ਦੀ ਕੁੜੀ ਛੇੜ ਦਿੱਤੀ ਜੀ ਕੁੜੀ ਛੇੜ ਦਿੱਤੀ ਤਾਂ ਉਹ ਬਹੁਤ ਉਰਵਾ ਪਈ ਪੰਚਾਇਤ ਨੇ ਉਹ ਉਹਦੇ ਬਾਪ ਨੂੰ ਸੱਦਿਆ ਉਹਨਾਂ ਦੇ ਨਾਲ ਚ ਇਦਾਂ ਸੀ ਵੀ ਬਾਪ ਦੀ ਜ਼ਿੰਮੇਵਾਰੀ ਹੈ ਜਿਹੜੀ ਹੁਣ ਅੱਜ ਕੱਲ ਤਾਂ ਇਦਾਂ ਨਹੀਂ ਹੈ ਜਾ ਕੇ ਉਹ ਬਾਪ ਨੂੰ ਸੱਦਿਆ ਵੀ ਕੱਲ ਨੂੰ ਜਾ ਕੇ ਪੰਚਾਇਤ ਦੇ ਵਿੱਚ ਪੇਸ਼ ਹੋ ਤੇਰੇ ਮੁੰਡੇ ਨੇ ਪਿੰਡ ਦੀ ਇੱਕ ਲੜਕੀ ਛੇੜ ਦਿੱਤੀ ਔਰ ਸਾਡੇ ਕੋਲ ਸ਼ਿਕਾਇਤ ਹੈ ਅਜੇ ਪੰਚਾਇਤ ਵੀ ਜਿਹੜੀ ਉਹਨਾਂ ਦੇ ਨਾਲ ਵਿੱਚ ਇਦਾਂ ਇਲੈਕਟਿਡ ਪੰਚਾਇਤਾਂ ਨਹੀਂ ਹੁੰਦੀਆਂ ਜਿਹੜੇ ਮੋਜ਼ੂਸ ਬੰਦਨ ਬਣਾਉਂਦੇ ਜਿਹੜੇ ਬਜ਼ੁਰਗ ਚੰਗੇ ਆ ਸਮਝੇ ਜਾਂਦੇ ਬੰਦੇ ਸੇ ਉਹੀ ਫੈਸਲਾ ਕਰ ਦਿੰਦੇ ਸਨ ਸਾਬ ਉਹ ਇਹ ਕਹਿੰਦੇ ਉਹ ਕਹਿੰਦੇ ਵੀ ਉਸ ਜਿਹੜਾ ਮੁੰਡੇ ਦਾ ਬਾਪ ਸੀਗਾ ਉਹਨਾਂ ਰਾਤ ਨੂੰ ਜਿਹੜੀ ਸੀ ਸੁਇਸਾਈਡ ਕਰ ਲਈ ਪੇ ਮੈਨੂੰ ਸਵੇਰ ਨੂੰ ਇਸ ਗੱਲ ਤੇ ਵੀ ਮੇਰੇ ਮੁੰਡੇ ਨੇ ਮੇਰੇ ਮੁੰਡੇ ਨੇ ਆਹ ਕੰਮ ਕੀਤਾ ਹੈਗਾ ਜਾ ਕੇ ਵੀ ਆਹ ਜਿਹੜਾ ਹੈਗਾ ਕਿ ਮੈਂ ਇਹਨਾਂ ਨੂੰ ਬੈਠ ਰਹਾ ਮੈਂ ਮਾਰੇ ਮੈਂ ਕਿੱਦਾਂ ਪੇਸ਼ ਹੋਊਂਗਾ ਉੱਥੇ ਜਾ ਕੇ ਕਿੱਦਾਂ ਮੈਂ ਉਹਨੂੰ ਕਰੂੰਗਾ ਇਹ ਇੰਨਾ ਪ੍ਰੈਸ਼ਰ ਉਹਦੇ ਤੇ ਦੂਜੇ ਪਾਸੇ ਮੈਂ ਤੁਹਾਨੂੰ ਹੋਰ ਮਿਸਾਲ ਦਿੰਦਾ ਇੱਕ ਮੇਰਾ ਸ਼ਹਿਰ ਦੀ ਗੱਲ ਹੈ ਪਤਾ ਨਹੀਂ ਕਿਹੜੇ ਉਹ ਬੰਦਾ ਜਿਹੜਾ ਜੀ ਉਹ ਸ਼ਹਿਰ ਦੇ ਉਹ ਆਮ ਸ਼ਹਿਰ ਦੇ ਕੁੜੀਆਂ ਨੂੰ ਛੇੜੇ ਜੀ ਕੁੜੀਆਂ ਨੂੰ ਹੋਰ ਛੇੜਦਾ ਰਿਹਾ ਤੇ ਉਹ ਲੋਕਾਂ 'ਚ ਬੜਾ ਬਦਨਾਮ ਹੋਇਆ ਤੇ ਫਿਰ ਉਹ ਇੱਕ ਦਿਨ ਫਿਰ ਉਹਨੂੰ ਮੁਹੱਲੇ ਦੀ ਕੁੜੀ ਛੇੜ ਦਿੱਤੀ ਜਾ ਕੇ ਫੇ ਮਹੱਲੇ ਵਾਲਿਆਂ ਨੇ ਕਿਹਾ ਵੀ ਇਹ ਆ ਬੇ ਅੰਤ ਹੋ ਗਿਆ ਇਹਦਾ ਕੁਝ ਕਰੋ ਪ੍ਰਬੰਧ ਉਨੀ ਫੇ ਇਹਨੂੰ ਸੁਝਾਅ ਦਿੱਤੀ ਵੀ ਇਹਦਾ ਜਿਹੜਾ ਹੈਗਾ ਮੂੰਹ ਕਾਲਾ ਕਰਕੇ ਇਹਨੂੰ ਸ਼ਹਿਰ ਦੇ ਵਿੱਚ ਘੁਮਾਓ ਇਹਨੂੰ ਸ਼ਹਿਰ ਦੇ ਵਿੱਚ ਘੁਮਾਓ ਇਹਨੂੰ ਪਤਾ ਲੱਗੇ ਉਹਦਾ ਉਹਨੀ ਮੂੰਹ ਕਾਲਾ ਕੀਤਾ ਜੀ ਸ਼ਹਿਰ ਦੇ ਵਿੱਚ ਉਹਨੂੰ ਤੋਰਨ ਲੱਗ ਪਏ ਜੀ ਤਾਂ ਉਹ ਪਿੱਛੇ ਨਿਆਣੇ ਕਿੰਨੇ ਜਮਾ ਹੋ ਗਏ ਨਾਲ ਉਹ ਪਿੱਛੇ ਪਿੱਛੇ ਤੁਰੇ ਜਾਂਦਾ ਕੋਈ ਜਾ ਕੇ ਮਿੱਟੀ ਪਾਵੇ ਉਹਦੇ ਤੇ ਕੋਈ ਸਿੱਟੇ ਜਾ ਕੇ ਤਾਂ ਉਹ ਤੁਰਿਆ ਜਾਂਦਾ ਜਦੋਂ ਲਈ ਜਾਂਦੇ ਤਾਂ ਜਦੋਂ ਆਪਣੇ ਮਹੱਲੇ ਵਿੱਚੋਂ ਲੰਘਾ ਲੋਕ ਉੱਪਰ ਕੋਠਿਆਂ ਦੇ ਖੜੇ ਦੇਖਦੇ ਆ ਜੀ ਫੇ ਉਹਦੇ ਨੂੰ ਲਈ ਜਾਂਦੇ ਆ ਉਹ ਜਿਸ ਵੇਲੇ ਆਪਣੇ ਮਹੱਲੇ ਵਿੱਚੋਂ ਲੰਘਿਆ ਤਾਂ ਉਹ ਉੱਪਰ ਨੂੰ ਦੇਖਿਆ ਤਾਂ ਉਹਦੀ ਘਰ ਵਾਲੀ ਵੀ ਖੜੀ ਉੱਪਰ ਜੀ ਹੂੰ ਉਹਦੀ ਘਰ ਵਾਲੀ ਖੜੀ ਜੀ ਤਾਂ ਉਹ ਘਰ ਵਾਲੀ ਨੂੰ ਕਹਿੰਦਾ ਪਾਣੀ ਦਿੱਤਾ ਰੱਖ ਦੇ ਮੈਂ ਮੁੜ ਕੇ ਆ ਕੇ ਨਹਾਉਣਾ ਆ ਬਹੁਤ ਮਿੱਟੀ ਮੁੱਟੀ ਬਹੁਤ ਪੈ ਗਈ ਆ ਬਹੁਤ ਮੈਂ ਛੇਤੀ ਆਇਆ ਦੋ ਗਲੀਆਂ ਰਹਿ ਗਈਆਂ ਮੈਂ ਬਾਅਦਸਾ ਆ ਹੁਣ ਹੀ ਡਿਸਟੈਂਟ ਕੇਅਰ ਉਹ ਕਹਿੰਦਾ ਵੀ ਠੀਕ ਹੈ ਕੋਈ ਖਾਲੀ ਮੈਂ ਆ ਕੇ ਨਹਾਉਣਾ ਪਾਣੀ ੱੱੱ ਤੱਤਾ ਰੱਖਦੇ ਜਾ ਕੇ ਜਾ ਕੇ ਹੁਣ ਉਹ ਪਬਲਿਕ ਅਪੀਨੀਅਨ ਨੂੰ ਬਿਲਕੁਲ ਨਹੀਂ ਮੰਨਿਆ ਜਾ ਕੇ ਸੋ ਇੱਕ ਤਾਂ ਇਹ ਟਾਈਮ ਟੂ ਟਾਈਮ ਪਲੇਸ ਟੂ ਪਲੇਸ ਇਹ ਇਹ ਜਿਹੜੇ ਹੈਗੇ ਆ ਇਹ ਇਹ ਬਦਲਦੇ ਰਹੇ ਫਿਰ ਉਹਦੇ ਨਾਲ ਜਿਹੜੀ ਹੈਗੀ ਆ ਪਬਲਿਕ ਅਪੀਨੀਅਨ ਕਿੰਨਾ ਕਿਸੇ ਤੇ ਅਸਰ ਕਰਦੀ ਹੈ ਇਹ ਵਿਅਕਤੀ ਟੂ ਵਿਅਕਤੀ ਹੈ ਜਿਹੜੀ ਇਸ ਗੱਲ ਮੋਟੀ ਕਰਨ ਵਾਲੀ ਆ ਮੈਂ ਸਮਝਦਾ ਵੀ ਤੁਸੀਂ ਅੱਗੇ ਇੱਕ ਵਾਰੀ ਆਪਾਂ ਗੱਲ ਵੀ ਕੀਤੀ ਸੀ ਵੀ ਸਮਾਜ ਦੀ ਜਿਹੜੀ ਪ੍ਰਵਾਨਗੀ ਆ ਅਕਸੈਪਟੈਂਸ ਹੁਣ ਅਸੀਂ ਕਈ ਚੀਜ਼ਾਂ ਇਸ ਕਰਕੇ ਕਰਦੇ ਆ ਇਸ ਤਰੀਕੇ ਨਾਲ ਕਰਦੇ ਆ ਤਾਂ ਕਿ ਸੋਸਾਇਟੀ ਦੇ ਵਿੱਚ ਉਹ ਅਕਸੈਪਟ ਹੋ ਜਾਣ ਜਿਹੜਾ ਇਹ ਪ੍ਰੈਸ਼ਰ ਆ ਜਾਂ ਜਿਹੜਾ ਇਹ ਦਬਾਅ ਹੋ ਲੋਕ ਕੀ ਕਹਿਣਗੇ ਇਸ ਸਮਾਜ ਤੋਂ ਪ੍ਰਵਾਨਗੀ ਲੈਣ ਲਈ ਕਈ ਟ੍ਰੈਡੀਸ਼ਨਸ ਜਾਂ ਕਈ ਸਾਡੇ ਸਿਸਟਮ ਦੇ ਵਿੱਚ ਸਿਸਟੈਮਿਕ ਅਸੀਂ ਕਈ ਪ੍ਰੋਸੀਜਰ ਬਣਾਏ ਹੋਏ ਆ ਵਿਆਹ ਸ਼ਾਦੀ ਵੀ ਉਹਨਾਂ ਚੋਂ ਇੱਕ ਲੋਕ ਕੀ ਕਹਿਣਗੇ ਦੇ ਇਸ ਅਧੀਨ ਜਿਹੜੀ ਸਮਾਜਿਕ ਪ੍ਰਵਾਨਗੀ ਆ ਜਾਂ ਜਿਹੜੀ ਸੁਸਾਇਟੀ ਦੀ ਐਕਸੈਪਟੈਂਸ ਆ ਉਹ ਤਾਂ ਠੀਕ ਕੰਮ ਕਰ ਰਹੀ ਹੈ ਜਿਹੜੇ ਬਾਕੀ ਕਾਨੂੰਨ ਸਰਕਾਰੀ ਕਾਨੂੰਨ ਵੀ ਨੇ ਉਹ ਵੀ ਸਮਾਜਿਕ ਕਾਨੂੰਨਾਂ ਤੇ ਹੀ ਆਧਾਰਿਤ ਨੇ ਜਨ ਸਾਹਿਬ ਦੇਖੋ ਇੱਕ ਤਾਂ ਇਹ ਗੱਲ ਆ ਪਰ ਮੰਨ ਲਿਏ ਇਹ ਜਿਹੜੀ ਹੈਗੀ ਹੈ ਬਦਲਦੀ ਆ ਦੋ ਗੱਲਾਂ ਤੇ ਬਦਲਦੀ ਆ ਔਰ ਤੁਸੀਂ ਕਿੰਨਾ ਪ੍ਰੈਸ਼ਰ ਲੈਣੇ ਆ ਔਰ ਉਹ ਗੱਲ ਕਿੰਨੀ ਜਾਇਜ਼ ਆ ਸਮੇਂ ਦੇ ਮੁਤਾਬਕ ਔਰ ਕਿੰਨੀ ਹੋ ਨਿਕਲ ਰਹੀ ਹੈ ਸਮੇਂ 'ਚ ਹੁਣ ਮੈਂ ਤੁਹਾਨੂੰ ਇਹ ਚੀਜ਼ ਦੱਸਦਾ ਮੈਂ ਹੁਣ ਜ਼ਾਤੀ ਤੌਰ 'ਤੇ ਦੱਸਦਾ ਅੱਜ ਤੋਂ तकरीबन 58-60 ਸਾਲ ਪਹਿਲਾਂ ਜਿਸ ਵੇਲੇ ਅਸੀਂ ਵਿਆਹ ਕਰਾਇਆ ਉਸ ਵੇਲੇ ਇਹ ਆ ਅਸੀਂ ਚੋਰੀ ਵਿਆਹ ਕਰਾਇਆ ਹਮ ਅਸੀਂ ਚੋਰੀ ਇਸ ਕਰਕੇ ਵਿਆਹ ਕਰਾਇਆ ਪੇ ਜੇ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਕੁੜੀ ਦੇ ਘਰ ਵਾਲੇ ਕਿ ਕਹਿੰਦੇ ਪੇ ਲੋਕ ਕੀ ਕਹਿਣਗੇ ਇਹਨਾਂ ਦੀ ਕੁੜੀ ਨੇ ਮਰਜੀ ਮਰਜੀ ਨਾਲ ਵਿਆਹ ਕਰਾ ਲਿਆ ਜਾ ਕੇ ਠੀਕ ਹੈ ਨਾ ਅਸੀਂ ਕਿੱਦਾਂ ਲੋਕਾਂ ਨੂੰ ਫੇਸ ਕਰਾਂਗੇ ਲੋਕਾਂ ਤੇ ਹਨ ਮਰਜੀ ਨਾ ਬਿਆਹ ਥੋੜੀ ਤੇ ਡਬਲ ਜੈਪਰਡੀ ਸੀ ਨਾ ਇੱਕ ਤੇ ਇੰਟਰ ਕਾਸ ਸੀ ਇੱਕ ਲੌਨਰ ਸੀ ਦੇਖੋ ਮੈਨੂੰ ਮੈਨੂੰ ਕੰਪਲੀਟ ਕਰ ਲੈਣ ਉਸ ਵੇਲੇ ਉਹਨੇ ਇਹ ਕਿਹਾ ਵੀ ਅਸੀਂ ਕਿੱਦਾਂ ਫੇਸ ਕਰਾਂਗੇ ਲੋਕਾਂ ਨੂੰ ਇਹ ਜਿਹੜੀ ਹੈਗੀ ਆ ਇਹ ਸੱਜ ਤੋਂ ਫੇਸ ਲੀ ਕਰ ਹੋਣੀ ਆ ਅੱਛਾ ਅਸੀਂ ਕਿਹਾ ਵੀ ਚੋਰੀ ਵਿਆਹ ਕਰਾ ਲਓ ਕਿਸੇ ਨੂੰ ਪਤਾ ਇਹ ਨਾ ਲੱਗਣ ਦਿੱਤੇ ਹੁੰਦੇ ਹੋ ਤੇ ਮੁੜ ਕੇ ਜਿਹੜੇ ਹੈਗਾ ਮੇਰਾ ਹੋਇਆ ਵੀ ਤੂੰ ਇੰਗਲੈਂਡ ਨੂੰ ਚਲਦੀ ਜਾ ਕੇ ਮਗਰੋਂ ਮੈਂ ਇੰਗਲੈਂਡ ਨੂੰ ਕਿ ਚੱਲ ਗੱਲ ਵਿੱਚੋਂ ਖਤਮ ਹੋਈ ਮਤਲਬ ਇੰਨਾ ਪਬਲਿਕ ਤੇ ਪਰ ਹਰਾਂ ਕਿ ਉਹ ਗਲਤ ਗੱਲ ਕੀ ਸੀ ਦੋਨੋਂ ਅਸੀਂ ਬਾਲਗ ਸੀ ਪੜ੍ਹੇ ਲਿਖੇ ਸੀ ਅਸੀਂ ਅਸੀਂ ਕਿਸੇ ਕਾਨੂੰਨ ਦੀ ਉਲੰਘਣਾ ਨਾ ਸੀ ਕਰ ਰਹੇ ਜਾ ਕੇ ਸਾਡਾ ਕੋਈ ਰੈਪਿਊਟੇਸ਼ਨ ਦਾ ਮਾੜਾ ਨਾ ਸੀ ਹੈ ਵੀ ਬਦਮਾਸ਼ ਬੰਦੇ ਆ ਠੀਕ ਹੈ ਨਾ ਜੀ ਪਰ ਫਿਰ ਵੀ ਪਬਲਿਕ ਪ੍ਰੈਸ਼ਰ ਦਾ ਇੰਨਾ ਜ਼ੋਰ ਸੀਗਾ ਕਿ ਸਾਡੇ 'ਚ ਹੌਸਲਾ ਨਹੀਂ ਪਿਆ ਜਾ ਕੇ ਇਸ ਗੱਲ ਦੇ ਉੱਤੇ ਤੇ ਫਿਰ ਏਦਾਂ ਅਸੀਂ ਓਪਨਲੀ ਕਹਿ ਲਈਏ ਕਿ ਹਾਂ ਵੀ ਅਸੀਂ ਕਰਾਇਆ ਬਿਆ ਜਾ ਕੇ ਹੁਣ ਤੁਸੀਂ ਉਦੋਂ ਹੀ ਦੇਖੋ ਜਾ ਕੇ ਉਹ ਸਮਾਂ ਬੀਤਦਾ ਗਿਆ ਸਮਾਂ ਬੀਤਦਾ ਗਿਆ ਜਾ ਕੇ ਉਹ ਮੇਰੇ ਜਿਹੜੇ ਹੈਗੇ ਆ ਉਹ ਗ੍ਰੈਂਡਆਟਰ ਹੋਈ ਜੀ ਹੂੰ ਗ੍ਰੈਂਡਡਾਟਰ ਹੋਈ ਤਾਂ ਇੱਕ ਫੰਕਸ਼ਨ ਜਿਆ ਹੋਇਆ ਤਾਂ ਮੇਰੀ ਵਾਈਫ ਉਹ ਗ੍ਰੈਂਡਡਾਟਰ ਨੂੰ ਲੈ ਕੇ ਬੈਠੀ ਐ ਲੈਪ ਦੇ ਵਿੱਚ ਤਾਂ ਉਹ ਇੱਕ ਲੇਡੀ ਉਹਨਾਂ ਨੂੰ ਪੁੱਛਦੀ ਆ ਵੀ ਇਹ ਕਿੰਨੇ ਚਿਰ ਦੀ ਹੋ ਗਈ ਹੂੰ ਉਹ ਕਹਿੰਦੇ ਇਹ ਹੋ ਗਈ 4-5 ਮਹੀਨੇ ਦੀ ਹੋ ਗਈ ਅੱਛਾ ਵਿਆਹ ਕਦੋਂ ਹੋਇਆ ਸੀਗਾ ਹੂੰ ਉਹ ਕਹਿੰਦੀ ਵੀ ਵਿਆਹ ਹੋਇਆ ਸੀਗਾ ਵਿਆਹ ਹੋਏ ਨੂੰ ਹੋ ਗਿਆ 7-8 ਕੁ ਮਹੀਨੇ ਤੇ ਨਾਲੇ ਮੇਰੀ ਵਾਈਫ ਕਹਿੰਦੀ ਉਹ ਵਿਆਹ ਫੇ ਤਾਂ ਹੀ ਛੇਤੀ ਕਰ ਦਿੱਤਾ ਇਹ ਹੋਣ ਹੋਣ ਵਾਲੀ ਹੋ ਗਈ ਸੀ ਹੂੰ ਦੇਖੋ ਹਰ ਉਹਦੇ ਕਿੰਨੀ ਜ਼ਰੂਰਤ ਪੈਦਾ ਹੋਈ ਉਹਦੇ ਵਿੱਚ ਦੇਖੋ ਜ਼ਰੂਰਤ ਉਹਨਾਂ ਕਲੀਅਰ ਮੰਨ ਲਿਆ ਇਸ ਗੱਲ ਨੂੰ ਜਾ ਕੇ ਬਈ ਉਹਨੂੰ ਪਤਾ ਸੀ ਵੀ ਹੁਣ ਟਾਈਮ ਬਦਲ ਗਿਆ ਜਾ ਕੇ ਜੀ ਕਿਉਂਕਿ ਇੱਥੇ ਇੱਥੇ ਤੁਸੀਂ ਵਿਆਹ ਕਰਾਓ ਨਾ ਕਰਾਓ ਕਾਮਨ ਲਾਜ ਰਹੋ ਨਿਆਣੇ ਪਹਿਲਾਂ ਹੋ ਜਾਂਦੇ ਆ ਜਾਂ ਨਿਆਣੇ ਬਾਅਦ ਹੋ ਰਹੇ ਨੇ ਲੋਬੋਡੀ ਕੇਅਰ ਕੋਈ ਕਿਤੇ ਨਹੀਂ ਕਰਦਾ ਕੋਈ ਕਿਤੇ ਨਹੀਂ ਕਰਦਾ ਹੁਣ ਕਿਹੜੀ ਗੱਲ ਇਹਨਾਂ ਚ ਸਹੀ ਹੈ ਪ੍ਰੈਸ਼ਰ ਲੈਂਡ ਦੀ ਗੱਲ ਆ ਪਰ ਹੁਣ ਇੱਕ ਵੈ ਗੱਲ ਇੱਥੇ ਚਲੋ ਅੱਜ ਇੱਥੇ ਹੁਣੇ ਮੁਕਾਮੇ ਦੇ ਗਾਂ ਫੇਰ ਜਾਂਦੇ ਆ ਇੱਕ ਮੈਂ ਗੱਲ ਸੁਣਨ ਵਾਲਿਆਂ ਨੂੰ ਜ਼ਰੂਰ ਚੋਣਾ ਜਾ ਕੇ ਬਈ ਥੋੜਾ ਜਿਹਾ ਇਹਨੂੰ ਜਿਹ ਇਹ ਜਿਹੜਾ ਗਲਤ ਗੱਲਾਂ ਦੇ ਉੱਤੇ ਜਿਹੜਾ ਹੈਗਾ ਆ ਲੋਕ ਕੀ ਕਹਿਣਗੇ ਲੋਕ ਕਹਿੰਦੇ ਇਹਨੂੰ ਥੋੜ੍ਹਾ ਰਜਿਸਟ ਕਰੋ ਜੇ ਫਰਜ਼ ਕਰ ਲਓ ਉਹ ਇਹ ਕਹਿੰਦੇ ਆ ਜਾ ਕੇ ਜੀ ਵੀ ਤੁਹਾਡੇ ਜਿਹੜੇ ਹੈਗੇ ਆ ਬੱਚੇ ਮਰਜ਼ੀ ਨਾਲ ਵਿਆਹ ਕਰਾਉਂਦੇ ਆ ਰਜਿਸਟ ਕਰੋ ਉਹਨਾਂ ਦੀ ਮਰਜ਼ੀ ਆ ਕਰਾਉਣ ਜਾਂ ਨਾ ਕਰੋ ਚਾਹੇ ਤੁਹਾਡੀ ਪਬਲਿਕ opinion ਕੁਛ ਵੀ ਬਣਦੀ ਲੋਕ ਕੁਛ ਕਹਿੰਦੇ ਡੋਨਟ ਵਰੀ ਅਬਾਊਟ ਥੈਟ ਜੇ ਉਹ ਕਹਿੰਦੇ ਆ ਜੀ ਤੁਹਾਡੇ ਨਿਆਣੇ ਵਿਆਹ ਨਹੀਂ ਕਰਾਉਂਦੇ ਜਾ ਕੇ ਨਹੀਂ ਕਰਾਉਂਦੇ ਜੀ ਉਹਨਾਂ ਦੀ ਮਰਜ਼ੀ ਆ ਜਾ ਕੇ ਫਿਰ ਤੁਹਾਡਾ ਮਤਲਬ ਇਹਦੇ ਨਾਲ ਕੀ ਆ ਜਾ ਕੇ ਵੀ ਡੋਨਟ ਕੇਅਰ ਡੋਨਟ ਉਥੇ ਪਬਲਿਕ ਦੀ ਪਰਵਾਹ ਨਾ ਕਰੋ ਕਿ ਲੋਕ ਕੀ ਕਹਿੰਦੇ ਜਾ ਕੇ ਠੀਕ ਹੈ ਨਾ ਜੇ ਤੁਹਾਡੇ ਨਿਆਣੇ ਕਹਿੰਦੇ ਜੀ ਤੁਹਾਡੇ ਨਿਆਣਿਆਂ ਨੇ ਤਾਂ ਵਿਆਹ ਕਰਾਇਆ ਹੀ ਨਹੀਂ ਜਾ ਕੇ ਉਹ ਤਾਂ ਰਹਿੰਦੇ ਹੈਗੇ ਕਾਮਨ ਲਾਚ ਰਹਿੰਦੇ ਆ ਹਾਂ ਰਹਿੰਦੇ ਆ ਜੀ ਆ ਕੇ ਤੁਹਾਨੂੰ ਇਸ ਗੱਲ ਦੀ ਕੀ ਤੰਗੀ ਹੈ ਜਾ ਕੇ ਡੋਨਟ ਵਰੀ ਅਬਾਊਟ ਦੈਟ ਉਹਦੇ ਬਾਰੇ ਕੋਈ ਪਰਵਾਹ ਨਾ ਕਰੋ ਕਿ ਲੋਕੇ ਦੇਖੋ ਕੱਲਾ ਇਹ ਨਹੀਂ ਹੈ ਬਈ ਲੋਕੇ ਦੇਖਣਾ ਹੈ ਬਈ ਲੋਕੇ ਕਿਹਦੇ ਬਾਰੇ ਕੀ ਕਹਿੰਦੇ ਆ ਇੱਕ ਹੋਰ ਵੀ ਮੈਂ ਤੁਹਾਨੂੰ ਦੱਸਦਾ ਹਾਂ ਜਿਹੜੇ ਬੰਦੇ ਵੀ ਇਹ ਕਹਿੰਦੇ ਆ ਉਹ ਆਪ ਵੀ ਉਸੇ ਸਥਿਤੀ ਵਿੱਚੋਂ ਗੁਜ਼ਰ ਰਹੇ ਹੁੰਦੇ ਆ ਮジョਰਿਟੀ ਆਫ ਦਮ ਬਿਲਕੁਲ ਇਹ ਬਹੁਤਿਆਂ ਨੂੰ ਇਹ ਪ੍ਰੋਬਲਮ ਹੋਣੀ ਹੈ ਜੇ ਉਹਨਾਂ ਦੇ ਬੱਚੇ ਜਾਂ ਵਿਆਹ ਨਹੀਂ ਕਰਾਉਂਦੇ ਜਾਂ ਮਰਜੀ ਨਾਲ ਵਿਆਹ ਕਰਾਉਂਦੇ ਆ ਜਾਂ ਉਹ ਜਿਹੜੇ ਕਮਨ ਲਾ ਦੇ ਵਿੱਚ ਰਹੇ ਰਹੇ ਆ ਜਾਂ ਜੇ ਤੁਸੀਂ ਇਸ ਗੱਲ ਤੇ ਕਹੋ ਜੀ ਵੀ ਤੁਹਾਡੇ ਮੁੰਡੇ ਦੀ ਜਾਂ ਤੁਹਾਡੇ ਕੁੜੀ ਦੀ ਤਾਂ ਗਰਲਫ੍ਰੈਂਡ ਹੈ ਹੈਗੀ ਗਰਲਫ੍ਰੈਂਡ ਹੀ ਤਾਂ ਇਹ ਤੇ ਤੁਸੀਂ ਸਾਨੂੰ ਇਸ ਗੱਲ ਤੇ ਕੀ ਤੰਗਿਆ ਜਾ ਕੇ ਕਿ ਕੋਈ ਸਮੱਸਿਆ ਨਹੀਂ ਸੀ ਤੁਸੀਂ ਕਹਿ ਸਕਦੇ ਕੋਈ ਇੱਕ ਸਮੱਸਿਆ ਸੀ ਤੁਸੀਂ ਨਹੀਂ ਕਹਿ ਸਕਦੇ ਗਰਲਫ੍ਰੈਂਡ ਫਿਰ ਤਾਂ ਇਹੀ ਗੱਲ ਆ ਨਾ ਵੀ ਕੁਈ ਲੋਕ ਕੁਛ ਵੀ ਕਹਿੰਦੇ ਆ ਉਹਦੀ ਪ੍ਰਵਾਹ ਨਾ ਕਰੋ ਨਹੀਂ ਇਹ ਗੱਲ ਨਹੀਂ ਹੈ ਅੱਛਾ ਹਾਂ ਇਹ ਗੱਲ ਨਹੀਂ ਹੈ ਕੋਈ ਉਹ ਇਸ਼ੂ ਦੇਖਣਾ ਪੈਣਾ ਤੁਹਾਨੂੰ ਕਿਹੜਿਆਂ ਤੇ ਪ੍ਰਵਾਹ ਕਰਨੀ ਚਾਹੀਦੀ ਹੈ ਮੈਂ ਤਾਂ ਨਾ ਫਰਜ਼ ਕਰ ਲਾ ਕੋਈ ਇਦਾਂ ਦੇਖੋ ਪਹਿਲੀ ਤਾਂ ਗੱਲ ਇਹ ਕਿ ਮੈਂ ਤੁਹਾਡਾ 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 ਨਾ ਕਰ ਮੈਂ ਹੁਣ ਅੱਧ ਪਚਾਹ ਸਹਿਮਤ ਵੀ ਹੋਣ ਲੱਗਾ ਤੁਹਾਨੂੰ ਮੈਂ ਦੱਸਦਾ ਪਹਿਲੀ ਗੱਲ ਤਾਂ ਇਹ ਹੈਗੀ ਆ ਜਾ ਕੇ ਕਿ ਜਿਹੜੇ ਗਵਰਨਮੈਂਟ ਹੀ ਲਾਇਆ ਉਹਨਾਂ ਦੀ ਪੂਰੀ ਪ੍ਰਵਾਹ ਕਰੋ ਉਹ ਤਾਂ ਗੱਲ 100% ਪ੍ਰਵਾਹ ਕਰੋ ਜੇ ਤੁਹਾਡੇ ਜਿਹੜੇ ਹੈਗੇ ਆ ਗਵਰਨਮੈਂਟ ਲਾ ਦੇ ਨਾਲ ਤੁਹਾਡੇ ਮੇਲ ਨਹੀਂ ਖਾਂਦੇ ਜਾ ਕੇ ਫਿਰ ਉਹਤੇ ਵਿਚਾਰ ਕਰੋ ਵੀ ਇਹ ਕੀ ਕਰਨਾ ਹੈ ਕਰਨਾ ਨਹੀਂ ਤਾਂ ਸਮਾਜਿਕ ਕਾਨੂੰਨਾਂ ਦੀ ਗੱਲ ਕਰੀਏ ਹਾਂ ਸਮਾਜਿਕ ਕਾਨੂੰਨ ਕਿਹੜੇ ਨੇ ਉਹੋ ਜੀ ਵੀ ਪ੍ਰਵਾਹ ਕਰਨੀ ਚਾਹੀਦੀ ਹੈ ਕਿਹੜੀਆਂ ਚੀਜ਼ਾਂ ਨੇ ਕਿਹੜੇ ਇਸ਼ੂ ਨੇ ਮੈਂ ਤਾਂ ਕਹਿੰਦਾ ਲੋਕਾਂ ਦੀ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ ਨਹੀਂ ਇਦਾਂ ਨਹੀਂ ਇੱਥੇ ਫਰਕ ਕਰੋ ਦੇਖੋ ਜੀ ਹੁਣ ਤੁਸੀਂ ਇਹ ਗੱਲ ਕਹਿੰਦੇ ਜਾ ਕੇ ਬੰਦਾ ਤੁਰਿਆ ਜਾਂਦਾ ਜੀ ਤੋ ਇੱਕ ਬਜ਼ੁਰਗ ਤੁਰਿਆ ਜਾਂਦਾ ਤੁਸੀਂ ਉਹਨੂੰ ਕਹਿੰਦੇ ਆ ਕੁੱਤਿਆਂ ਕਿੱਧਰ ਨੂੰ ਜਾਣਾ ਨਹੀਂ 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 ਦੇਖੋ ਦੇਖੋ ਇਹਦੀ ਪ੍ਰਵਾਹ ਕਰਨੀ ਪਊਗੀ ਇਹਦੀ ਪ੍ਰਵਾਹ ਹਾਲਾਂਕਿ ਲੀਗਲੀ ਸ਼ਾਇਦ ਉਸ ਨੂੰ ਸਜ਼ਾ ਨਾ ਹੋਵੇ ਜਾ ਕੇ ਠੀਕ ਹੈ ਲੀਗਲੀ ਸਜ਼ਾ ਨਾ ਹੋਵੇ ਪਰ ਉਹ ਬੰਦਾ ਬਣ ਜਾ ਕੇ ਨਹੀਂ ਹੁਣ ਤਾਂ ਲੀਗਲ ਵੀ ਸਜ਼ਾ ਹੁੰਦੀ ਜੇ ਤੁਸੀਂ ਉਹ ਬੰਦਾ ਬੋਲ ਮੇਰਾ ਮਤਲਬ ਚਲੋ ਫੇਰ ਵੀ ਤੁਸੀਂ ਉਸ ਬਜ਼ੁਰਗ ਦੇ ਨਾਲ અપਮਾਨ ਕਰਦੇ ਆ ਜਿਹੜਾ ਕਿ ਲੀਗਲੀ ਠੀਕ ਹੈ ਲੀਗਲੀ ਤੁਸੀਂ ਨਹੀਂ ਬਜੂਗੇ ਪਰ ਫੇਰ ਵੀ ਤੁਹਾਨੂੰ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਪੈਣਾ ਜਿਹੜੀਆਂ ਗੱਲਾਂ ਕਿਸੇ ਨੂੰ ਹਰਟ ਕਰਦੀਆਂ ਅਨਨੇਸੈਸਰੀ ਉਹ ਤਾਂ ਐਥੀਕਲ ਬਿਹੇਵੀਅਰ ਦੀ ਗੱਲ ਕਰਦੇ ਤੁਸੀਂ ਸਮਾਜਿਕ ਬਿਹੇਵੀਅਰ ਦੇ ਵਿੱਚ ਕਿਹੜੀਆਂ ਉਹ ਗੱਲਾਂ ਨੇ ਜਿੱਥੇ ਲੋਕਾਂ ਦੀ ਪ੍ਰਭਾਅ ਕਰਨੀ ਚਾਹੀਦੀ ਥਿੰਸਰ ਸਮਾਜਿਕ ਬਿਹੇਵੀਅਰ ਜਿਹੜਾ ਹੈਗਾ ਇਹ ਸਾਰਾ ਹੀ ਐਥੀਕਲੀ ਆਪਣੇ ਆਪ ਨੂੰ ਪੇਸ਼ ਕਰਦਾ ਜਾ ਕੇ ਵੀ ਅਸੀਂ ਐਥਿਕਸ ਦੇ ਖਿਆਲ ਬਹੁਤ ਰੱਖਦੇ ਹਾਂ ਅਸੀਂ ਲੋਕਾਂ ਦਾ اخلاق ਬਹੁਤ ਠੀਕ ਰੱਖਦੇ ਹਾਂ ਅਸੀਂ ਲੋਕਾਂ ਨੂੰ ਥੈਂ ਸਿਰ ਰੱਖਦੇ ਹਾਂ ਨਹੀਂ ਤਾਂ ਲੋਕ ਕੁਰਾਹੇ ਪੈ ਜਾਣ ਅਸੀਂ ਰੋਕਦੇ ਹਾਂ ਇਹਨਾਂ ਨੂੰ ਕਿ ਕੁੜੀਆਂ ਸਿਰ ਤੇ ਲੈਣ ਜੋ ਚੁੰਨੀ ਲੈਣ ਜਾਂ ਫਲਾਣਾ ਲੈਣ ਜਾ ਕੇ ਉਹਦੇ ਸੋ ਮੇਰਾ ਕਹਿਣ ਤੋਂ ਪਾਵੇ ਤੇ ਇਹ ਨੂੰ ਜਾ ਕੇ ਜਿਵੇਂ ਸਾ ਮੈਂ ਜੇ ਤੁਸੀਂ ਮੈਨੂੰ ਕਰ ਹੁਣ ਮੈਂ ਜੇ ਇਦਾਂ ਕਿਹਾ ਸੀ ਨਾ ਵੀ ਤੁਹਾਡੇ ਨਾਲ ਸਹਿਮਤ ਹੋਣ ਲੱਗਾ ਮੈਂ ਤਾਂ ਹੁਣ ਇਹ ਕਹਿਣ ਲੱਗਾ ਸਿਰਫ ਤੁਸੀਂ ਪ੍ਰਵਾਹੇ ਜਾ ਕੇ ਜਿਹੜਾ ਹੈਗਾ ਗਵਰਨਮੈਂਟ ਹੀ ਲਾਇਆ ਉਹਦੇ ਪ੍ਰਵਾਹ ਜਾਰੇ ਕਰੋ ਜਾ ਕੇ ਕਿਉਂਕਿ ਉਹ ਜਿਹੜਾ ਉਹ ਤੁਸੀਂ ਬਜਣਾ ਉਹਦੇ ਨਾਲ ਜੇ ਤੁਸੀਂ ਸਮਝਦੇ ਆ ਗਵਰਨਮੈਂਟ ਹੀ ਲਾ ਆ ਲਾ ਗਲਤ ਆ ਤਾਂ ਫਿਰ ਤੁਸੀਂ ਉਹਦਾ ਲਾਫਲੀ ਜਿਹੜਾ ਵਿਰੋਧ ਕਰਕੇ ਉਹਨੂੰ ਬਦਲਾਉਣ ਦੀ ਕੋਸ਼ਿਸ਼ ਕਰੋ ਠੀਕ ਹੈ ਨਾ ਪਰ ਜਿੰਨਾ ਚਿਰ ਰਹੇਗਾ ਉਹ ਉਹਨੂੰ ਬਦਲੋ ਬਾਕੀ ਇੱਕ ਬਰਟਨ ਰਸਲ ਨੂੰ ਮੈਂ ਤੇ ਫੇਕ ਓਟ ਕਰਦੇ ਆ ਬਰਟਨ ਰਸਲ ਨੂੰ ਆਪਣੀ ਉਸੇ ਹੀ ਬੁੱਕ ਕੰਕਰਸਟ ਆਫ ਹੈਪੀਨੈਸ 'ਚ ਇੱਕ ਥਾਂ ਲਿਖਦੇ ਆ ਉਹ ਕਹਿੰਦੇ ਜਿਹੜੀ ਇਹ ਪਬਲਿਕ opinion ਆ ਲੋਕ ਕੀ ਕਹਿਣਗੇ ਇਹ ਇਹ ਡਰੂ ਕੁੱਤੇ ਮੰਗਿਆ ਉਹ ਕਹਿੰਦੇ ਜੇ ਤੁਸੀਂ ਕਹਿੰਦੇ ਇਹ ਤੋਂ ਡਰ ਪੈ ਦੌੜ ਪੈ ਤੇ ਤੁਹਾਡੇ ਮਗਰ ਦੌੜ ਪੈਣਾ ਜੇ ਤੁਸੀਂ ਮੁੜ ਕੇ ਇਹਨੂੰ ਅੱਖਾਂ ਦਿਖਾ ਲੀਆਂ ਕਹਿੰਦੇ ਨੇ ਫਿਰ ਪਿੱਛੇ ਨੂੰ ਕੋਈ ਪੂਛ ਨਹੀਂ ਲੈ ਕੇ ਵਿੱਚੋਂ ਚਲੇ ਜਾਣਾ ਜਾ ਕੇ ਸੋ ਇਹਦੇ ਬਾਰੇ ਤੁਸੀਂ ਲੋਕ ਕੀ ਕਹਿਣਗੇ ਥਿੰਨ ਸਾਹਿਬ ਮੈਂ ਫੇਰ ਇਹ ਗੱਲ ਕਰਦੇ ਆ ਜੇ ਤੁਹਾਡੇ ਦੇਖੋ ਇੱਕ ਹੁਣ ਮੈਂ ਇੱਥੇ ਕਰਦਾ ਮੈਨੂੰ ਲੱਗਦਾ ਤੁਹਾਡੇ ਜੇ ਤੁਹਾਡੇ ਮੋਰੇ ਚੁਆਇਸ ਇਹ ਆ ਜਾਂਦੀ ਹੈ ਤੇ ਤੁਹਾਰ ਤੁਸੀਂ ਆਪਣੇ ਬੱਚੇ ਦੀ ਖੁਸ਼ੀ ਆ ਤੁਹਾਡੀ ਲੋਕਾਂ ਦੀ ਖੁਸ਼ੀ ਆ ਤਾਂ ਗੋ ਫਾਰ ਯੋਰ ਬੱਚੇ ਦੀ ਖੁਸ਼ੀ ਹਮ ਬੱਚੇ ਦੀ ਖੁਸ਼ੀ ਆਪਣੀ ਦੇਖੋ ਲੋਕਾਂ ਦੀ ਖੁਸ਼ੀ ਸਾਡੀ ਪਹਿਲੀ ਪ੍ਰਾਇੋਰਟੀ ਸਾਡੇ ਪਰਿਵਾਰ ਵੱਲ ਨੂੰ ਆ ਲੋਕਾਂ ਵੱਲ ਨੂੰ ਨਹੀਂ ਹੈ ਇਹ ਚਾਹੇ ਕਿਸੇ ਨੂੰ ਗੱਲ ਚੰਗੀ ਲੱਗੇ ਚਾਹੇ ਮਾੜੀ ਲੱਗੇ ਪਹਿਲੀ ਗੱਲ ਇਹ ਆ ਕਿ ਤੁਸੀਂ ਆਪਣੇ ਪਰਿਵਾਰ ਨੂੰ ਪ੍ਰੋਟੈਕਟ ਕਰਨਾ ਨਾ ਕਿ ਤੁਸੀਂ ਲੋਕਾਂ ਨੂੰ ਪ੍ਰੋਟੈਕਟ ਕਰ ਰਹੇ ਹੋ ਨੈਕਸਟ ਨੈਕਸਟ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਵੀ ਇਹ ਲੋਕ ਕੌਣ ਨੇ ਇਹ ਲੋਕ ਇਹ ਲੋਕ ਕੀ ਕਹਿਣਗੇ ਲੋਕਾਂ ਦਾ ਇਹ ਲੋਕਾਂ ਚ ਨੱਕ ਵੱਡਿਆ ਜਾਏਗਾ ਲੋਕ ਇਹ ਲੋਕ ਕੌਣ ਨੇ ਆਪਾਂ ਅੱਗੇ ਗੱਲ ਕਰਦੇ ਹਾਂ ਵਪਾਰ ਸੰਦੇਸ਼ਾਂ ਤੋਂ ਪਿੱਛੋਂ ਪਰ ਮੈਨੂੰ ਇਹ ਪ੍ਰਤੀਤ ਹੁੰਦਾ ਕਿ ਇਹ ਲੋਕ ਅਸੀਂ ਹਾਂ ਸੋ ਇਹ ਇੱਕ ਦੂਏ ਤੇ ਸਮਾਜਿਕ ਚੈੱਕ ਚੰਗੀ ਗੱਲ ਹੈ ਜਾਂ ਬੁਰੀ ਗੱਲ ਹੈ ਇਸ ਦੇ ਬਾਰੇ ਪ੍ਰੋਫੈਸਰ ਨੇ ਹੁਣ ਤੱਕ ਦੱਸਿਆ ਕਿ ਪ੍ਰਵਾਹ ਨਹੀਂ ਕਰਨੀ ਚਾਹੀਦੀ ਉਹ ਉਹ ਤੇ ਕੀ ਦੀ ਪ੍ਰਵਾਹ ਕਰਨੀ ਚਾਹੀਦੀ ਆ ਉਹ ਕਹਿੰਦੇ ਸਰਕਾਰੀ ਕਾਨੂੰਨਾਂ ਤੋਂ ਬਿਨਾ ਸਮੁੱਚੇ ਤੌਰ ਤੇ ਬਾਕੀ ਇਹ ਪ੍ਰਵਾਹ ਨਹੀਂ ਕਰਨੀ ਚਾਹੀਦੀ ਤੁਹਾਡੀ ਆਪਣੀ ਜ਼ਿੰਦਗੀ ਤੇ ਤੁਹਾਡੇ ਆਪਣੇ ਪਰਿਵਾਰ ਤੇ ਤੁਸੀਂ ਕੀ ਸੋਚਦੇ ਹੋ ਉਸ ਤੇ ਕੀ ਅਸਰ ਪੈਣ ਵਾਲਾ ਉਹਦੀ ਪ੍ਰਵਾਹ ਕਰੇ ਬਿਨਾ ਤੁਸੀਂ ਆਪ ਠੀਕ ਫੈਸਲੇ ਲਓ ਫਿਰ ਸਵੇ ਲੋਕ ਕੌਣ ਨੇ ਅ ਤਦ ਸਰ ਇੱਕ ਵਾਰ ਵਿੱਚ ਤੇ ਕਲੀਅਰ ਕਰ ਦਮਾ ਜਿਹੜਾ ਤੁਸੀਂ ਕਿਹਾ ਨਾ ਜੀ ਮੈਂ ਮੈਂ ਇਹ ਇਹ ਕਿਹਾ ਪਏ ਤੁਸੀਂ ਜਿਹੜਾ ਹੈਗਾ ਸਰਕਾਰੀ ਕਾਨੂੰਨ ਦੀ ਪਰਵਾਹ ਕਰਨੀ ਹੈ ਦੂਜੀ ਦੀ ਪਰਵਾਹ ਕਰਨ ਨਹੀਂ ਕਰਨੀ ਚਾਹੀਦੀ ਉਹਦੇ ਵਿੱਚ ਮੈਂ ਇੱਕ ਐਡ ਕਰ ਦਿਆਂ ਪਏ ਆਪਣੀ ਕੌਨਸ਼ੀਅਸ ਦੀ ਪਰਵਾਹ ਕਰਨੀ ਚਾਹੀਦੀ ਹਮਮ ਤੁਹਾਨੂੰ ਆਪਣੀ ਆਤਮਾ ਦੀ ਪ੍ਰਵਾਹ ਕਰਨੀ ਚਾਹੀਦੀ ਹੈ ਇਹ ਗੱਲ ਪਹਿਲਾਂ ਨਹੀਂ ਸੀ ਦਸਦੀ ਹਾਂ ਜੇ ਤੁਹਾਡੀ ਕੌਨਸ਼ੀਅਸ ਕਹਿੰਦੀ ਹੈ ਨਾ ਵੀ ਆਹ ਗੱਲ ਜਿਹੜੀ ਹੈਗੀ ਹੈ ਗਲਤ ਹੋ ਰਹੀ ਹੈ ਨਾ ਫੇਰ ਉਹਦੀ ਪ੍ਰਵਾਹ ਕਰੋ ਫੇਰ ਉਹਦਾ ਫਿਕਰ ਕਰ ਰੋ ਜਾ ਕੇ ਹਮ ਇਹ ਤੁਹਾਡੀ ਆਤਮਾ ਕਹਿੰਦੀ ਹੈ ਵੀ ਨਹੀਂ ਨਹੀਂ ਇਹ ਗੱਲ ਗਲਤ ਆ ਇਹ ਗੱਲ ਗਲਤ ਆ ਫੇਰ ਜੇ ਲੋਕ ਕਹਿੰਦੇ ਆ ਫੇਰ ਲੋਕ ਉੱਥੇ ਠੀਕ ਆ ਕਿਉਂਕਿ ਜੇ ਤੁਹਾਡੀ ਆਤਮਾ ਕਹਿੰਦੀ ਹੈ ਜੇ ਤੁਹਾਡੀ ਕੌਨਸ਼ੀਅਸ ਕਹਿੰਦੀ ਆ ਵੀ ਜਿਹੜੀ ਇਹ ਗੱਲ ਨਹੀਂ ਇਹ ਗੱਲ ਠੀਕ ਆ ਹਾਂ ਪਰ ਸਮੇ ਦਾ ਕਾਨੂੰਨ ਵੀ ਕਹਿੰਦਾ ਇਹ ਗੱਲ ਠੀਕ ਹੈ ਫੇਰ ਡੋਟ ਬਰੀ ਫੇਰ ਲੋਕ ਕਹਿੰਦੇ ਆ ਕਿ ਇਹਨਾਂ ਦੇ ਨਿਆਣੇ ਨਹੀਂ ਵਿਆਹ ਕਰਾਉਂਦੇ ਗਰਲਫ੍ਰੈਂਡ ਰੱਖੀਆ ਬாய்ਫ੍ਰੈਂਡ ਰੱਖਿਆ ਹੈ ਜੇ ਹੈਗਾ ਉਹ ਹੈਗਾ ਫੇਰ ਡੋਨਟ ਵਰੀ ਜੇ ਤੁਹਾਡੀ ਕੌਨਸ਼ੀਅਸ ਕਹਿੰਦੀ ਹੈ ਫੈਸਲਾ ਤੁਸੀਂ ਕਰਨਾ ਤੁਹਾਡੀ ਆਤਮਾ ਨਾ ਤੁਹਾਨੂੰ ਝੰਜੋੜੇ ਪਰ ਉਹ ਇਸ ਕਰਕੇ ਨਾ ਝੰਜੋੜੇ ਪਰ ਲੋਕ ਤੁਹਾਡੇ ਖਿਲਾਫ ਹੋ ਗਏ ਲੋਕਾਂ ਦੀ ਇੱਥੇ ਦੇਖੋ ਗੀਤਾ ਦੇ ਵਿੱਚ ਕ੍ਰਿਸ਼ਨ ਜੀ ਨੇ ਇੱਕ ਥਾਂ ਲਿਖਿਆ ਆਇਆ ਜਾ ਕੇ ਜੀ ਉਹ ਕਹਿੰਦੇ ਦੀ ਗ੍ਰੇਟੈਸਟ sin a man can commit is to act against his own conscience ਸਭ ਤੋਂ بڑا ਪਾਪ ਇਹ ਆ ਕਿ ਜੇ ਆਪਣੀ ਕੌਨਸ਼ੀਅਸ ਦੇ ਖਿਲਾਫ ਗੱਲ ਤੁਸੀਂ ਕਰਦੇ ਹੋ ਜੇ ਤੁਹਾਡੀ ਕੌਨਸ਼ੀਅਸ ਕਹਿੰਦੀ ਹੈ ਠੀਕ ਆ ਫਿਰ ਡੂ ਇਟ ਜੇ ਕੌਨਸ਼ੀਅਸ ਨਹੀਂ ਕਹਿੰਦੀ ਤਾਂ ਫਿਰ ਫੇਰ ਨਹੀਂ ਫਿਰ ਤੁਸੀਂ ਖਿਆਲ ਰੱਖੋ ਹੁਣ ਇਹ ਜਿਹੜੀ ਪਬਲਿਕ opinion ਆ ਜਾਂ ਜੇ ਇਹਨੂੰ ਲੋਕ ਕੀ ਕਹਿਣਗੇ ਇਹ ਬਹੁਤ ਭਿਆਨਕ ਸੋਚਿਆ ਥਿੰਦ ਸਾਹਿਬ ਇਹ ਬਹੁਤ ਭਿਆਨਕ ਆ ਇਹ ਇੰਨੀ ਭਿਆਨੇ ਕਿਹਾ ਪੀਏ ਆਪਣੇ ਬੱਚਿਆਂ ਦਾ ਕਤਲ ਕਰਨ ਤੇ ਤੁਹਾਨੂੰ ਮਜਬੂਰ ਕਰ ਦਿੰਦੀ ਹੈ ਇੰਨੀ ਭਿਆਨਕ ਇਹ ਤੁਹਾਨੂੰ ਖੁਦ ਨੂੰ ਮਾਰਨ ਤੇ ਮਜਬੂਰ ਕਰ ਦਿੰਦੀ ਹੈ ਜਾ ਕੇ ਜਾ ਕੇ ਤੁਸੀਂ ਲੋਕਾਂ ਨੂੰ ਫੇਸ ਨਹੀਂ ਕਰ ਸਕਦੇ ਤੁਸੀਂ ਕਹਿੰਦੇ ਇਹਨਾਂ ਨੂੰ ਮਰ ਜਣਾ ਚੰਗਾ ਡੋਨਟ ਡੂ ਥੈਟ ਡੋਨਟ ਡੂ ਥੈਟ ਆਪਣੇ ਬੱਚਿਆਂ ਦੇ ਨਾਲ ਬਿਲਕੁਲ ਇਦਾਂ ਦਾ ਕੋਈ ਬਿਹਾਰ ਨਾ ਕਰੋ ਜਾ ਕੇ ਲੋਕ ਕੀ ਕਹਿੰਦੇ ਲੋਕੇ 16 ਗੋ ਬੱਚੇ ਕਾਨੂੰਨੀ ਤੋੜਦੇ ਔਰ ਕੌਨਸ਼ੀਅਸਲੀ ਠੀਕ ਹੈਗੇ ਜਾ ਕੇ ਸੋ ਤੁਹਾਡੀ ਮੇਨ ਜ਼ਿੰਮੇਵਾਰੀ ਤੁਹਾਡੇ ਬੱਚਿਆਂ ਪ੍ਰਤੀ ਹੈ ਤੁਹਾਡੇ ਪਰਿਵਾਰ ਪ੍ਰਤੀ ਹੈ ਲੋਕਾਂ ਪ੍ਰਤੀ ਮੇਨ ਨਹੀਂ ਹੈ ਸੈਕੰਡ ਹੈ ਉਹ ਤੋਂ ਬਾਅਦ ਆ ਪਹਿਲਾਂ ਤੁਸੀਂ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਔਰ ਫਿਰ ਤੁਸੀਂ ਜਿਹੜਾ ਹੈਗਾ ਆ ਆਪਣੇ ਜਿਹੜਾ ਹੈਗਾ ਭਾਈਚਾਰੇ ਤੇ ਗਾਂਹਾਂ ਦਾ ਖਿਆਲ ਦੇਖੋ ਤਿੰਨ ਸਾਹਿਬ ਅਸੀਂ ਜਿਹੜੇ ਹੈਗੇ ਆ ਅਸੀਂ ਗੁਰੂ ਨਾਨਕ ਸਾਹਿਬ ਨਹੀਂ ਹੈ ਜੇ ਕਹੀਏ ਪੇਜੀਨੀ ਵੀ ਆਪਣੇ ਪਰਿਵਾਰ ਲੋਕਾਂ ਦੀ ਖਾਤਰ ਪਰਿਵਾਰ ਨੂੰ ਵੀ ਕੁਝ ਸਮੇਂ ਲਈ ਨੈਗਲੈਕਟ ਕੀਤਾ ਪਰ ਫਿਰ ਵੀ ਉਹ ਨਹੀਂ ਮਾਰ ਦੇ ਵਿੱਚ ਪਰਿਵਾਰ ਨੂੰ ਸੱਦਿਆ ਜਾ ਕੇ ਇਕੱਠਿਆ ਆ ਕੇ ਰਹਿ ਜਾ ਕੇ ਪਰ ਫਿਰ ਵੀ ਸਾਡੇ ਲਈ ਮੁੱਖ ਚੀਜ਼ ਲੋਕ ਲੋਕ ਭਲਾਈ ਔਰ ਜੇ ਪਰਿਵਾਰ ਭਲਾਈ ਦੇ ਵਿੱਚੋਂ ਚੁਣਨਾ ਤਾਂ ਮੈਂ ਕਹਾਂਗਾ ਪਰਿਵਾਰ ਭਲਾਈ ਨੂੰ ਪਹਿਲਾਂ ਚੁਣਨਾ ਲੋਕ ਭਲਾਈ ਬਾਅਦ ਦੇ ਵਿੱਚ ਆ ਚਾਹੇ ਕਿੰਨੀਆਂ ਨੂੰ ਗੱਲ ਲੱਗੇ ਪ੍ਰੋਫੈਸਰ ਆਪ ਕਿੰਨੀ ਗਲਤ ਗੱਲ ਕਹੀ ਜਾਂਦੇ ਸਾਨੂੰ ਕਰਾਹੇ ਪਾਰ ਹੈ ਨੋ ਕਰਾਹੇ ਪਾਰ ਪਰਿਵਾਰ ਭਲਾਈ ਉਹ ਪਹਿਲਾਂ ਆ ਲੋਕ ਭਲਾਈ ਬਾਅਦ ਦੇ ਵਿੱਚ ਹੁਣ ਇਹ ਮੈਨੂੰ ਤਾਂ ਇਹਦਾ ਕਹਿ ਸਕਦੇ ਆ ਬੇ ਬੜੇ ਪੁੱਠੀ ਜੇ ਇਹਨੂੰ ਮੈਂ ਧਰਮ ਕੰਗਲ ਦੇ ਵਿੱਚ ਕਹਾ ਫੇਰ ਕਹਿੰਦਾ ਠੀਕ ਹੈ ਜਿੱਦਾਂ ਕ੍ਰਾਈਸਟ ਜੀ ਨੇ ਇਹ ਕਿਹਾ ਉਹ ਕਹਿੰਦੇ ਚੈਰਿਟੀ ਬਿਗਿਨਸ ਐਟ ਹੋਮ ਠੀਕ ਹੈ ਨਾ ਤੇ ਘਰ ਤੋਂ ਸ਼ੁਰੂ ਹੁੰਦੀ ਹੈ ਸੋ ਪਹਿਲੀ ਜ਼ਿੰਮੇਵਾਰੀ ਆਪਣੇ ਬੱਚਿਆਂ ਪ੍ਰਤੀ ਆ ਆਪਣੇ ਪਰਿਵਾਰ ਪ੍ਰਤੀ ਆ ਉਹਨੂੰ ਠੀਕ ਰੱਖੋ ਬਾਕੀ ਲੋਕ ਮੈਂ ਤੁਹਾਨੂੰ ਦੱਸਣਾ ਖਾਸ ਤੌਰ ਕਿਉਂਕਿ ਆਪਾਂ ਹੁਣ ਕੈਨੇਡਾ ਦੀ ਗੱਲ ਕਰ ਰਹੇ ਆ ਇੱਥੇ ਉਹਦੀ ਪਾਵਰ ਬਹੁਤ ਕੱਟੀ ਹੋਈ ਆ ਲੋਕ ਕੀ ਕਹਿਣਗੇ ਇਸ ਗੱਲ ਦੀ ਪਾਵਰ ਬਹੁਤ ਘਟ ਗਈ ਅੱਗੇ ਨਾਲ ਜਿਹੜੇ ਲੋਕ ਕੀ ਕਹਿਣਗੇ ਦੀ ਗੱਲ ਆ ਜਿਹੜੇ 1966 ਦੇ ਵਿੱਚ ਲੋਕ ਕੀ ਕਹਿੰਦੇ ਸੀ ਉਹ 1986 ਦੇ ਵਿੱਚ ਬਦਲ ਗਿਆ ਉਹ ਹੋਰ ਬੋਲੀ ਬੋਲਣ ਲੱਗ ਪਏ ਲੋਕ ਉਹੀ ਤਾਂ ਹੋਰ ਹੋ ਗਿਆ ਅੰਦ 2026 ਦੇ ਵਿੱਚ ਜਾ ਕੇ ਲੋਕਾਂ ਨੇ ਹੋਰ ਬੋਲੀ ਬੋਲਣਾ ਲੱਗ ਪਿਆ ਲੋਕਾਂ ਨੂੰ ਹੋਰ ਬੋਲਣਾ ਇੱਕ ਮੈਂ ਹੋਰ ਸੁਣਦਾ ਇਹਨਾਂ ਦੀ ਬੋਲੀ ਬਦਲਦੀ ਨਹੀਂ ਜੀ ਸਰ ਇਹ ਜਿਹੜੇ ਜਿਹੜੇ სპੋਰਟਸਮੈਨ ਆ ਨਾ ਜੀ ਇਹ ਬਹੁਤ ਡਰਦੇ ਆ ਪਬਲਿਕ opinion ਤੋਂ ਅੱਛਾ ਇਹ ਬਹੁਤ ਇਹ ਤਾਂ ਇਹ ਆ ਕਿ ਜੇ ਵੇ ਹਾਰ ਗਏ ਜੇ ਹਾਰ ਗਏ ਤਾਂ ਕੀ ਲੋਕਾਂ ਲੋਕ ਕੀ ਕਹਿਣਗੇ ਜੇ ਹਾਰ ਗਏ ਤਾਂ ਇਹ ਲੋਕ ਕੀ ਕਹਿਣਗੇ ਮੈਂ ਤੁਹਾਨੂੰ ਇਹਦੀ ਇੱਕ ਵਾਰ ਗੱਲ ਦੱਸਦਾ ਮੇਰੇ ਫਾਦਰ ਜਿਹੜੇ ਆ ਉਹ ਬ੍ਰਿਟਿਸ਼ ਐਮਪਾਇਰ ਚੈਂਪੀਅਨ ਸੀ ਰੈਸਲਿੰਗ ਦੇ ਜੀ ਇਹ ਲੋਕ ਜਾਣਦੇਗਾ ਐਨੀਵੇ ਉਹ ਕਹਿੰਦੇ ਵੀ ਮੇਰੀ ਇੱਕ ਵਾਰ ਹਾਂਗਕਾਂਗ ਕੁਸ਼ਤੀ ਹੋਈ ਜੀ ਹਾਂਗਕਾਂਗ ਕੁਸ਼ਤੀ ਹੋਈ ਤਾਂ ਮੈਂ ਉਸ ਬੰਦੇ ਨੂੰ ਦੂਜੇ ਪਹਿਲਵਾਨ ਨੂੰ ੇਠਾਂ ਸੁੱਟਿਆ ਐ ੇਠਾਂ ਸੁੱਟਿਆ ਤਾਂ ਜਦੋਂ ਉਹ ਜਿਹੜੇ ਪ੍ਰਬੰਧਕ ਸੇ ਉਹ ਆਗਾ ਉਹ ਕਹਿੰਦੇ ਵੀ ਕੁਸ਼ਤੀ ਤੁਸੀਂ ਇੱਥੇ ਛੱਟ ਛਿੜਾ ਦਿਓ ਬਸ ਛਿੜਾ ਦਿਓ ਹੁਣ ਉਹ ਪਹਿਲਵਾਨ ਜਿਹੜੇ ਪਹਿਲਵਾਨ ਸੁਣਦੇ ਹੋਣੇ ਉਹਨਾਂ ਨੂੰ ਤਾਂ ਪਤਾ ਜਿਸ ਵੇ ਕਿਸੇ ਨੂੰ ਕਿਸੇ ਦੇ ੇਠੋਂ ਛਡਾਇਆ ਜਾਂਦਾ ਤਾਂ ਉਹ ੇਠਲੇ ਵਾਲੇ ਦੀ ਬੇਇੱਜ਼ਤੀ ਬਹੁਤ ਹੁੰਦੀ ਹੈ ਹਾਂ ਉਹ ਤੇ ਐ ਤ ਨਹੀਂ ਮੰਨਦੇ ਪਰ ਬੇਇੱਜ਼ਤੀ ਹੁੰਦੀ ਹੈ ਤੇ ਉਹ ਪੁੱਛੂਗੇ ਕੁਸ਼ਤੀ ਕਿੱਦਾਂ ਰਹੀ ਕੋਕ ਜੀ ੇਠੋਂ ਛੜਾ ਜੇ ਥੋੜ੍ਹਾ ਜਿਹਾ ਲੇ ਬਿਜਤੀ ਹੁੰਦੀ। ਉਹ ਕਹਿੰਦੇ ਜਾ ਕੇ ਉਹ ਮੇਰੇ ੇਠਾਂ ਤੋਂ ਕਹਿੰਦੇ ਛੱਡ ਮੈਂ ਕਿਹਾ ਨਹੀਂ ਵੀ ਮੈਨੂੰ ਤੁਸੀਂ ਐ ਕਰੋ 10 ਮਿੰਟ ਹੋਰ ਦਿਓ ਜੇ 10 ਮਿੰਟਾਂ ਚ ਮੈਨੂੰ ਢਾ ਲਿਆ ਤਾਂ ਵੀ ਠੀਕ ਐ ਜੇ ਨਾ ਹੋਇਆ ਫਿਰ ਤੁਸੀਂ ਛੱਡ ਦਿਓ। ਉਹ ਕਹਿੰਦੇ ਠੀਕ ਐ। ਉਹ ਕਹਿੰਦੇ ਉਹਨੇ 10 ਮਿੰਟ ਮੈਨੂੰ ਹੋਰ ਦਿੱਤੇ। ਉਹ ਕਹਿੰਦੇ ਪਤਾ ਹੀ ਨਹੀਂ ਥਿੰਸਾਬ ਕੀ ਹੋਇਆ 10 ਮਿੰਟਾਂ ਦੇ ਵਿੱਚ ਉਹ ਪੁਲਵਾਨ ਮੇਰੇ ੇਠੋਂ ਨਿਕਲਿਆ ੇਠੋਂ ਨਿਕਲ ਕੇ ਉਹਨ ਮੈਨੂੰ ਫੜ ਕੇ ੇਠਾ ਸਿੱਟਿਆ ਕਹਿੰਦੇ ਜਦ 10 ਮਿੰਟ ਬੀਤੇ ਤਾਂ ਮੈਂ ਉਹਦੇ ੇਠਾ ਸੀਗਾ ਤਾਂ ਉਹਨ ਮੈਨੂੰ ਉੱਪਰੋਂ ਫੜਿਆ। ਹਮਮ ਉਹਨੇ ਉਥੋਂ ਛਡਾਤਾ ਔਰ ਕੁਸ਼ਤੀ ਦਾ ਰਿਜ਼ਲਟ ਇਹ ਹੋਇਆ ਕਿ ਬ੍ਰਿਟਿਸ਼ ਅੰਪਾਇਰ ਚੈਂਪੀਅਨ ਹਰਮਨ ਸਿੰਘ ਫਲਾਣੇ ਦੇ ਹੇਠੋਂ ਛੜਾਇਆ ਗਿਆ ਹਮ ਮੈਂ ਕਹਿੰਦੇ ਹੋਟਲ 'ਚ ਆ ਗਿਆ ਕਹਿੰਦੇ ਮੈਂ 3 ਦਿਨ ਹੋਟਲ 'ਚੋਂ ਨਹੀਂ ਨਿਕਲਿਆ ਜੀ ਵੀ ਲੋਕ ਕੀ ਕਹਿੰਦੇ ਲੋਕ ਕੀ ਕਹਣਗੇ 3 ਦਿਨ ਹੋਟਲ 'ਚੋਂ ਨਹੀਂ ਨਿਕਲਿਆ ਵੀ ਇਹ ਹੋਇਆ ਕਿ ਜਾ ਕੇ ਮੇਰੀ ਹਾਂਗਕਾਂਗ ਦੇ ਵਿੱਚ ਇੰਨੀ ਹਵਾ ਜਾ ਕੇ ਮੈਂ ਤਿੰਨਾਂ ਦਿਨਾਂ ਤੋਂ ਬਾਅਦ ਕਹਿੰਦੇ ਫੇਰ ਮੈਂ ਇੱਥਾਂ ਹੋਟਲ ਦੇ ਉਤਰਿਆ ਜਾਦ ਕਹਿੰਦੇ ਮੇਹਣਾ ਹੋਟਲ ਦੇ ਉੱਤਰ ਆ ਉਹ ਰੱਖੇ ਵਾਲੇ ਰੱਖੇ ਲਈ ਜਾਣ ਕੋ ਦੁਕਾਨ ਵਾਲੇ ਆਪਣੇ ਸੌਦੇ ਵੇਖੀ ਜਾਣ ਲੋਕ ਉਧਰ ਨੂੰ ਤਰੇਜਾਂ ਨੂੰ ਕੋਈ ਕਿਸੇ ਨੂੰ ਪਤਾ ਹੀ ਨਹੀਂ ਆ ਜਾ ਕੇ ਫੇਰੇ ਦੋਸਤ ਮੇਹਨਤ ਜਾ ਟਹਿ ਗਿਆ ਜਾ ਕੇ ਤੇ ਟੁੱਟ ਕੇ ਕਿਸੇ ਨੂੰ ਪਰਵਾਹ ਨਹੀਂ ਉਹ ਮੰਦਾ ਪਾਲਾ ਜਾਦੇ ਹੁੰਦਾ ਤਿੰਦ ਸਭ ਉਹ ਜਿਹੜਾ ਮੰਨਦਾ ਪਾਲਾ ਹੈ ਉਹ ਸਾਨੂੰ ਮਾਲਦਾ ਲੋਕ ਸਿੰਘ ਸਾਹਿਬ ਸਾਡੇ ਬਾਰੇ ਉਹਨਾਂ ਕੋਈ ਸੋਚਦੇ ਆ ਜਿੰਨਾ ਕ ਅਸੀਂ ਲੋਕਾਂ ਬਾਰੇ ਸੋਚਦੇ ਆ ਉਹ ਇੱਕ ਵਾਰ ਗੱਲ ਕੀਤੀ ਗੱਲ ਖਤਮ ਹੋਈ ਜਾ ਕੇ ਸੋ ਇਹਦੇ ਉਹ ਬਹੁਤਾ ਡਰਨ ਦੀ ਹੈ ਤੋ ਲੋੜ ਨਹੀਂ ਹੈ ਜਾ ਕੇ ਇਹ ਜਿਹੜੀ ਹੈਗੀ ਹੈ ਇਹ ਇਹ ਪਬਲਿਕ opinion ਅਸੀਂ ਕਹਿੰਦੇ ਨਾ ਕਿ ਫਰਾਨਾ ਬੰਦਾ ਸਾਡੇ ਖਿਲਾਫ ਹੋ ਗਿਆ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਈ ਵਾਰ ਹੁੰਦੇ ਆ ਜਿਹੜੇ ਬੰਦੇ ਤੁਹਾਡੇ ਨਾਲ ਆ ਤੁਹਾਡੇ ਨਾਲ ਆ ਜਿਹੜੇ ਤੁਹਾਡੇ ਅਗੇਂਸਟ ਹੈ ਉਹ ਤੁਹਾਡੇ ਅਗੇਂਸਟ ਹੈ ਫੇਰ ਤੁਸੀਂ ਕਹਿੰਦੇ ਵੀ ਐਸ ਗੱਲ ਕਰਕੇ ਮੇਰੇ ਜਿਹੜੇ ਨਾਲ ਦੇ ਆ ਉਹ ਵੀ ਮੇਰੇ ਅਗੇਂਸਟ ਹੋ ਗਏ ਉਹ ਸਹੀ ਮੈਂ ਨਹੀਂ ਤੁਹਾਡੇ ਨਾਲ ਦੇ ਨਹੀਂ ਹੁੰਦੇ ਉਹ ਮੌਕਾ ਦੇਖਦੇ ਹੁੰਦੇ ਜਾਂ ਕੇ ਵੀ ਇਦਾਂ ਦਾ ਕੋਈ ਮੌਕਾ ਆਵੇ ਤਾਂ ਅਸੀਂ ਇਹਨੂੰ ਬਲੇਟਰਲ ਕਰੀਏ ਇਹਨੂੰ ਇਹਨੂੰ ਛੁਟ ਛੁਟਾਈਏ ਉਸ ਵੇਲੇ ਜਾ ਕੇ ਸੋ ਇਸ ਕਰਕੇ ਇਹ ਵੀ ਕੋਈ ਪਰਵਾਹ ਕਰਨ ਵਾਲੀ ਗੱਲ ਨਹੀਂ ਹੈ ਜੇ ਤੁਹਾਡੇ ਕੋਈ ਹੋਰ ਵੀ ਇਹ ਹੋ ਜੀ ਜੀ ਤੁਸੀਂ ਆ ਪਹਿਲਾਂ ਇੱਕ ਗੱਲ ਕੀਤੀ ਜਦੋਂ ਆਪਾਂ ਗੱਲ ਕਰਦੇ ਪੇ ਜਿਹੜੇ ਬੜੇ ਅਮੀਰ ਆਦਮੀ ਆ ਜਾਂ ਚੌਧਰੀ ਆ ਜਾ ਕੇ ਹਾਂ ਮੈਂ ਸਾਨੂੰ ਇਹੀ ਕਹਿਣ ਲੱਗਿਆ ਸੀ ਵੀ ਜੇ ਕੋਈ ਇਤਨਾ ਹਾੜ ਬੰਦਾ ਹਾਂ ਜੇ ਕੋਈ 100 ਕਿਲੇ ਦਾ مالک ਹੈ ਸਰਦਾਰ ਜ਼ਗੀਰਦਾਰ ਹੈ ਉਹ ਮਨਿਸਟਰ ਹੈ ਹਾਂ ਹੁਣ ਉਹਦੇ ਕੀਤੇ ਹੋਏ ਜਿਹੜੇ ਗੈਰ ਸਮਾਜਿਕ ਕੰਮ ਨੇ ਉਹਨਾਂ ਦੀ ਇੰਨੀ ਨਿੰਦਿਆ ਨਹੀਂ ਕਰਦੇ ਉਹ ਲੋਕ ਜਿਹੜੇ ਲੋਕ ਕੀ ਕਹਿਣਗੇ ਵਾਲੇ ਹਾਂ ਪਰ ਜਦੋਂ ਉਹ ਦੇਖਦੇ ਆ ਕਿ ਕਿਸੇ ਧਾਰਨ ਗਰੀਬ ਆਦਮੀ ਜਾਂ ਕੋਈ ਹੋਰ ਨਾਰਮਲ ਬੰਦੇ ਆ ਹੁਣ ਜਿਹੜੇ ਮਿਲਟਰੀ ਦੇ ਅਫਸਰਾਂ ਦੀ ਗੱਲ ਕਰ ਲੋ ਸਾਡੇ ਨਾਲ ਇੱਕ ਲੜਕੀ ਪੜਦੀ ਸੀ ਉਹ ਮਿਲਟਰੀ ਦੇ ਅਫਸਰ ਦੀ ਲੜਕੀ ਸੀ ਹਾਂਜੀ ਜਿਹੜੀਆਂ ਕੁੜੀਆਂ ਪਿੰਡਾਂ ਚੋਂ ਆਈਆਂ ਪੰਜਾਬ ਯੂਨੀਵਰਸਿਟੀ ਚ ਨਵੀਆਂ-ਨਵੀਆਂ ਆਈਆਂ ਉਹਨਾਂ ਕਈਆਂ ਨੇ ਫਿਰ 2 ਸਾਲ ਬਾਅਦ ਵਾਲ ਬਾਲ ਕਟਵਾਤੇ ਹੂੰ ਹੂੰ ਉਹਦਾ ਵੀ ਚਰਚਾ ਕਰਨ ਵਾਲੇ ਵੀ ਗਰੁੱਪ ਹੁੰਦੇ ਆ ਤੇ ਜਿਹੜੀ ਮਿਲਟਰੀ ਅਫਸਰ ਦੀ ਲੜਕੀ ਸੀ ਉਹਦੇ ਪਹਿਲਾਂ ਹੀ ਕੱਟੇ ਹੋਏ ਸੀ ਵਾਲ ਫਿਰ ਜਦੋਂ ਕਿਸੇ ਨੇ ਆਵਾਜ਼ ਉਠਾਈ ਵੀ ਅਬੂਰਦਾ ਸੀ ਮੁੰਡਾ ਉਹ ਕਹਿੰਦਾ ਇਹ ਇਹ ਕੁੜੀਆਂ ਦੇ ਜਿਹੜੇ ਕੱਟੇ ਹੋਏ ਜੇ ਇਹਨਾਂ ਨੇ ਕਟਾਤੇ ਫਿਰ ਕੀ ਹੋ ਗਿਆ ਹੂੰ ਉਹ ਕਹਿੰਦਾ ਇਹ ਤਾਂ ਮਿਲਟਰੀ ਅਫਸਰ ਦੀ ਕੁੜੀ ਹੈ ਮਿਲਟਰੀ ਅਫਸਰ ਦੇ ਬੱਚਾ ਐ ਤਾਂ ਵਾਲ ਕੱਟੇ ਹੁੰਦੇ ਠੀਕ ਹੈ ਪਰੇਤ ਤੁਸੀਂ ਗੱਲਾਂ ਕਰ ਰਹੇ ਹੋ ਵੀ ਪੰਜਾਬ ਦੇ ਫਾਰਮਰਜ਼ ਦੀ ਲੜਕੀ ਆ ਕੇ ਤੇ ਸੋ ਜਿਹੜੇ ਸਟੈਂਡਰਡ ਆ ਇਹ ਲੋਕ ਕੀ ਕਹਿਣ ਦੇ ਵਾਲਾ ਨੇ ਇਹਨਾਂ ਦੇ ਵੀ ਡਬਲ ਸਟੈਂਡਰਡ ਨੇ ਆ ਕਾਫੀ ਹੱਦ ਤੱਕ ਇਹ ਠੀਕ ਹੈ ਕਿਸੇ ਲਈ ਹੋ ਰਿਹਾ ਕਿਸੇ ਲਈ ਹੋ ਰਿਹਾ ਜਿਹੜੇ ਇਨਫਲੂਐਂਸ਼ੀਅਲ ਲੋਕ ਨੇ ਉਹਨਾਂ ਲਈ ਲੋਕ ਕੁਝ ਨਹੀਂ ਕਹਿੰਦੇ ਜਿਹੜੇ ਸੁਧਾਰਨ ਲੋਕ ਨੇ ਉਹਨਾਂ ਦੇ ਮਗਰ ਪੈ ਜਾਣਗੇ ਉਹ ਜ਼ਿਆਦਾ ਕਰਦੇ ਆ ਇਹ ਜਿਹੜੀ ਪਬਲਿਕ opinion ਦੀ ਇਸ ਗੱਲ ਤੇ ਮੈਂ ਤੁਹਾਡੇ ਨਾਲ ਕਰਦਾ ਇਹ ਜਿਹੜਾ ਰਿਚ ਬੰਦਾ ਆ ਉਹ ਇਹਦੀ ਘੱਟ ਪਰਵਾਹ ਕਰਦਾ ਜਿਹੜਾ ਗਰੀਬ ਆ ਉਹ ਜ਼ਿਆਦਾ ਕਰਦਾ ਪਰ ਪਿੰਡਾਂ ਤੇ ਨਹੀਂ ਇਹ ਲਾਗੂ ਹੁੰਦੀ ਗੱਲ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਉਹ ਪਾਕਿਸਤਾਨ ਦਾ ਸਿਕਾ ਤੇ ਡਾਮੇ ਨਹੀਂ ਕਰ ਜੀ ਪਾਕਿਸਤਾਨ ਦੇ ਵਿੱਚ ਇੱਕ ਚੌਧਰੀ ਬਡੇਰਾ ਜ਼ਿਮੀਦਾਰ ਜਾ ਕੇ ਉਹਦੀ ਲੜਕੀ ਪੜਦੀ ਹੈ ਜੀ ਤਾਂ ਇੱਕ ਨੂਰੂ ਤੇਲੀ ਦੀ ਲੜਕੀ ਪੜਦੀ ਹੈ ਲਾਹੌਰ ਯੂਨੀਵਰਸਿਟੀ ਵਿੱਚ ਪੜਦੀ ਹੈ ਪੰਜਾਬ ਯੂਨੀਵਰਸਿਟੀ ਵਿੱਚ ਅੱਛਾ ਜੀ ਉਹਨਾਂ ਦੋਨਾਂ ਦੇ ਆਪਸ ਦੇ ਵਿੱਚ ਗਰਲਫ੍ਰੈਂਡ ਬੁਆਏਫ੍ਰੈਂਡ ਹੋ ਗਿਆ ਜੀ ਹਾਂ ਹੋ ਗਈ ਤੇ ਉਹ ਮੁੰਡਾ ਜਿਸ ਵੇਲੇ ਘਰ ਆਇਆ ਤੇ ਉਹਨ ਆਪਣੇ ਅੱਬਾ ਨੂੰ ਕਿਹਾ ਨੂਰੂ ਨੂੰ ਪੇ ਅੱਬਾ ਤੂੰ ਜਾ ਕੇ ਚੌਧਰੀਆਂ ਦੇ ਗੱਲ ਕਰ ਜਾ ਕੇ ਵੀ ਮੇਰੀ ਇੱਦਾਂ ਦਾ ਕਰਕੇ ਆਪਾਂ ਉਹ ਉਹਨਾਂ ਵਿਆਹ ਕਰਨਾ ਉਹ ਅੱਬਾ ਨੇ ਉਹਨੂੰ ਕਿਹਾ ਪੇ ਤੇਰੀ ਸੂਰਤ ਟਿਕਾਣੇ ਹੈਗੀ ਪੇ ਆਪਣਾ ਚੌਧਰੀਆਂ ਦੇ ਕਿੱਦਾਂ ਹੋ ਸਕਦਾ ਗੱਲ ਅੱਛਾ ਇੱਕ ਮੈਂ ਥੋੜੇ ਦੱਸ ਦਿਆਂ ਪਾਕਿਸਤਾਨ ਦੇ ਵਿੱਚ ਇਦਾਂ ਕਹਿ ਲੈਂਦੇ ਆ ਜਾ ਕੇ ਪੇ ਕਮੀ ਕਮੀਨ ਇਹ ਤੇਲੀ ਆਏ ਨਾਈ ਆਏ ਫਲਾਨਾ ਇੰਡੀਆ 'ਚ ਇਦਾਂ ਨਹੀਂ ਹੈ ਕਹਿ ਸਕਦੇ ਜੀ ਉਹ ਚ ਉਹਦੇ ਬਾਪ ਨੇ ਕਿਹਾ ਬਈ ਇਹ ਰਿਸ਼ਤਾ ਨਹੀਂ ਹੋ ਸਕਦਾ ਹੈਗਾ ਇਹ ਉਹ ਚੌਧਰੀ ਆ ਅਸੀਂ ਆਪਣੇ ਹੈਗੇ ਆ ਤੇਲੀ ਆ ਸਾਡਾ ਕਿਦਾ ਹੋ ਸਕਦਾ ਉਹ ਕਹਿੰਦਾ ਨਹੀਂ ਅਸੀਂ ਵੀ ਲਵ ਹੀ ਚਦਰ ਅਸੀਂ ਦੋਨੋਂ ਲਵ ਕਰਦੇ ਆਂ ਔਰ ਅਸੀਂ ਪੋਸਟ ਗ੍ਰੈਜੂਏਟ ਸਟੂਡੈਂਟ ਹੈਗੇ ਆ ਜਾ ਕੇ ਤੁਸੀਂ ਉਹਨਾਂ ਨਾਲ ਗੱਲ ਕਰੋ ਕੁੜੀ ਤਿਆਰ ਹੈ ਕੁੜੀ ਨੇ ਵਿਆਹ ਕਰਾ ਲੈਣਾ ਤੂੰ ਗੱਲ ਕਰ ਜਾ ਕੇ ਖੈਰ ਐਨੀਵੇ ਉਹ ਮੁੰਡੇ ਨੇ ਡੈਡੀ ਨੂੰ ਮਨਾ ਲਿਆ ਤੇ ਉਹ ਡੈਡੀ ਨੇ ਆਪਣੇ ਨੇ ਤੰਬਾ ਤੰਬਾ ਲਾਇਆ ਪਗ ਭੁਗ ਬੰਨੀ ਹੱਥ ਵਿੱਚ ਕੋਥ ਲੈ ਕੇ ਉਹ ਫੇਰ ਉੱਥੇ ਉਹਨੇ ਆ ਗਿਆ ਜੂ ਉਹ ਆ ਕੇ ਕਹਿੰਦਾ ਉਹ ਚੌਧਰੀ ਨੂੰ ਉਹਨੂੰ ਕਿਹਾ ਆ ਕਿ ਬਈ ਤੂੰ ਨੂਰਿਆ ਕਿੱਦਾਂ ਆਇਆ ਉਹ ਕਹਿੰਦਾ ਚੌਧਰੀ ਸਾਹਿਬ ਗੱਲ ਕਰਨੀ ਹੈ ਇੱਕ ਉਹ ਕਹਿੰਦਾ ਹਾਂ ਕਰ ਉਹ ਗੱਲ ਜਾ ਉਹ ਕਹਿੰਦਾ ਜੀ ਆਪਣੇ ਲੜਕੀ ਦਾ ਇਦਾਂ ਇਦਾਂ ਕਰਕੇ ਇਕੱਠੇ ਬੱਚੇ ਪੜਦੇ ਆ ਜਾ ਕੇ ਤੇ ਉਹਨਾਂ ਬੱਚਿਆਂ ਦਾ ਆਪਾਂ ਮੇਲ ਕਰ ਦਈਏ ਜਾ ਕੇ ਉਹ ਚੌਧਰੀ ਦੇਖਦਾ ਜੀ ਚੌਧਰੀ ਕਹਿੰਦਾ ਨੂਰਿਆ ਤੈਨੂੰ ਪਤਾ ਤੂੰ ਕੀ ਕਹਿ ਰਿਹਾ ਹੂੰ ਉਹ ਕਹਿੰਦਾ ਹਾਂ ਜੀ ਬੱਚਿਆਂ ਦਾ ਆਪਸ ਵਿੱਚ ਬੱਚਿਆਂ ਦੀ ਮਰਜ਼ੀ ਹੈ ਕਹਿੰਦਾ ਜੋ ਕਰ ਲੈਂਦਾ ਚੌਧਰੀ ਕਹਿੰਦਾ ਮੈਂ ਤੈਨੂੰ ਦੱਸਦਾ ਉਹ ਚੌਧਰੀ ਉੱਠਿਆ ਜੀ ਚੌਧਰੀ ਨੇ ਫੜ ਕੇ ਇੱਕ ਇੱਧਰ ਮਾਰੀ ਇੱਕ ਇੱਧਰ ਮਾਰੀ ਜਾ ਕੇ ਉਹ ਨੂਰਾ ਏਠਾ ਸਿੱਟ ਲਿਆ ਜੀ ਨੂਰਾ ਏਠਾ ਸਿੱਟ ਲਿਆ ਗੋਡਾ ਉਹਦੇ ਦਿੱਤਾ ਜਾ ਕੇ ਜੀ ਤਾਂ ਚੌਧਰੇ ਉਹ ਤੇਰਾ ਜੁਰਤ ਕਿਦਾਂ ਹੋਈ ਜਾ ਕੇ ਤੂੰ ਤੂੰ ਇਹ ਕਿਦਾਂ ਹੌਸਲਾ ਕਿਦਾਂ ਕਰ ਲਿਆ ਤੇ ਉਹ ਆ ਕੇ ਉਹ ਜਾਨੂ ਉਹਦੇ ਮੁੰਡੇ ਆ ਗਏ ਜੀ ਚੌਧਰੀ ਦੇ ਮੁੰਡੇ ਆ ਗਏ ਉਹ ਕਹਿੰਦੇ ਅੱਬਾ ਤੂੰ ਰਹਿਣ ਦੇ ਦੇਣੇ ਮਾਰਿਆ ਜੇ ਇਹਨੂੰ ਇਹਨੂੰ ਮਾ ਇਹਨੂੰ ਜੁਰਤ ਕਿਦਾਂ ਕਰ ਲਈ ਜਾ ਕੇ ਪੇ ਆਹ ਗੱਲ ਕਰਨ ਦੀ ਜਾ ਕੇ ਤੇ ਉਹ ਕਹਿੰਦਾ ਦੇਣੇ ਮਾਰਿਆ ਉਹ ਕਹ ਚੌਧਰੀ ਕਹਿੰਦਾ ਨਹੀਂ ਨਹੀਂ ਇਹ ਮੈਨੂੰ ਕਰ ਲੈਂਦੇ ਹੋ ਠੀਕ ਤੁਸੀਂ ਜਾ ਕੇ ਪੇ ਇਹ ਇਹਨੂੰ ਮਾਰ ਹੀ ਦੇਣਾ ਅੱਛਾ ਉਹ ਮੁੰਡਿਆਂ ਨੇ ਉਹਨੂੰ ਕਿਹਾ ਪੇ ਇਹਨੂੰ ਮਾਰਨਾ ਨਹੀਂ ਹੈ ਜਾ ਕੇ ਇਹ ਹੋਰ ਕਤਲਦਾਰ ਪੈ ਜਾਊਗਾ ਪੇ ਇਹਨੂੰ ਹੁਣ ਕੁੱਟ ਕੱਟ ਕੇ ਉਹਦੇ ਮਾਰੇ ਜੇ ਤਾਂ ਲਹੂ ਲਹੂ ਚੱਲਿਆ ਕੁੱਟਿਆ ਜਾ ਕੇ ਜੀ ਤੇ ਉਹ ਕਹਿੰਦੇ ਇਹਨੂੰ ਛੱਡ ਦੇ ਜਾ ਕੇ ਇਹਨੂੰ ਮਾਰਨਾ ਨਹੀਂ ਹੈ ਜਾ ਕੇ ਪੇ ਇਹਨੂੰ ਛੱਡ ਦੇ ਉਹ ਜੀ ਉਹਨੂੰ ਫੇਰ ਉਹਨੂੰ ਛੱਡ ਦਿੰਦੇ ਆ ਜ ਹੋੜ ਲਈ ਆਪਣਾ ਥੋੜਾ ਰਗੜਾ ਰੋਣਾ ਲੱਗਿਆ ਆਪਣੇ ਪੱਗ ਚੱਕਦਾ ਜੀ ਪੱਗ ਚੱਕ ਕੇ ਫਿਰ ਚੌਧਰੀ ਨੂੰ ਕਹਿੰਦਾ ਚੌਧਰੀ ਜੀ ਫਿਰ ਰਿਸ਼ਤੇ ਵੱਲੋਂ ਨਾ ਹੀ ਸਮਝੀਏ ਹੁਣ ਉਹ ਜਿਹੜਾ ਚੌਧਰੀ ਆ ਜੀ ਚੌਧਰੀ ਤੂੰ ਇਹ ਸਗਾ ਪੇ ਜੇ ਰਿਸ਼ਤਾ ਹੋ ਗਿਆ ਤਾਂ ਲੋਕ ਕੀ ਕਹਿਣਗੇ ਲੋਕ ਮੈਂ ਲੋਕਾਂ ਦੇ ਵਿੱਚ ਮੂੰਹ ਕਿੱਦਾਂ ਦਊਗਾ ਵੀ ਚੌਧਰੀ ਦੀ ਲੜਕੀ ਦਾ ਰਿਸ਼ਤਾ ਜਿਹੜਾ ਹੈਗਾ ਨੂਰੂ ਤੇਲੀ ਦੀ ਇਹ ਮੁੰਡੇ ਦੇ ਨਾਲ ਹੋ ਗਿਆ ਹੁਣ ਉਹ ਪਿੰਡਾਂ ਦੇ ਵਿੱਚ ਜਿਹੜੇ ਜ਼ਗੀਰਦਾਰ ਆ ਤੁਹਾਨੂੰ ਸਾਡੇ ਇਹ ਇੰਨੀ ਪਾਵਰਫੁਲ ਹੈਗੇ ਪਿੰਡਾਂ ਦੇ ਵਿੱਚ ਮੈਂ ਗੱਲ ਕਰਦਾ ਇਹ ਬੜੇ ਬੜੇ ਜ਼ਗੀਰਦਾਰ ਵਡੇਰੇ ਔਰ ਜਿਹੜੇ ਬੜੇ ਹੈਗੇ ਰਿਚ ਜ਼ਮੀਂਦਾਰ ਆ ਇਹ ਇੰਨਾ ਡਰਦੇ ਇਹ ਆਪਣੇ ਬੱਚਿਆਂ ਨੂੰ ਕਤਲ ਕਰਨ ਤੱਕ ਚਲੇ ਜਾਂਦੇ ਇਸ ਇਸ ਗੱਲ ਦੇ ਬਿਲਕੁਲ ਇਹ ਚਲੇ ਜਾਂਦੇ ਇੰਨੀ opinion so ਇੱਥੇ ਆਪਾਂ ਥੋੜੇ ਲੱਖੀ ਆ ਇਸ ਗੱਲੋਂ ਕਿ ਇੱਥੇ ਪਬਲਿਕ opinion ਦਾ ਪ੍ਰੈਸ਼ਰ ਇੰਨਾ ਨਹੀਂ ਹੈ ਇੱਥੇ ਸਾਡੇ ਇੰਨਾ ਪ੍ਰੈਸ਼ਰ ਨਹੀਂ ਹੈ ਹੁਣ ਨਾ ਜੀ ਜਿਹੜੀ ਆਹ ਚਲੀਆਂ ਸੋਸ਼ਲ ਮੀਡੀਆ ਵਗੈਰਾ ਚਲੇ ਆ ਇਹ ਇਹ ਕਿੰਨ ਕਰ ਰਹੇ ਇੱਕ ਲੜਕੀ ਨੇ ਖੁਦਕੁਸ਼ੀ ਕਰਨੀ ਸੀ ਬੁੱਲਿੰਗ ਵਗੈਰਾ ਹੋਣ ਜਿਹੜੀ ਆ ਤੇ ਇਸ ਤਰ੍ਹਾਂ ਦੇ ਪ੍ਰੈਸ਼ਰਸ ਨੇ ਉਹ ਫੇਸਬੁੱਕ ਤੇ ਜਾਂ ਇਸ ਤਰ੍ਹਾਂ ਦੇ ਟਵਿੱਟਰ ਟਵਿੱਟਰ ਤੇ ਹੋਰ ਜਿਹੜੀਆਂ ਚੱਲ ਪੀਆਂ ਇਹ ਇਨਾਂ ਰਾਹੀਂ ਵੀ ਇਹ ਤਾਂ ਮੇਰਾ ਖਿਆਲ ਗਵਰਨਮੈਂਟਿਕ ਕਾਨੂੰਨ ਦੇ ਦਾਇਰੇ 'ਚ ਵੀ ਆਉਂਦੇ ਆ ਹਾਂ ਇਹ ਆਉਂਦੇ ਆ ਯਾਰ ਹਾਂ ਹਾਂ ਪਰ ਜਿਹੜੇ ਸਟਲ ਤਰੀਕੇ ਨਾਲ ਇਸ ਤਰ੍ਹਾਂ ਦੀ ਪ੍ਰੈਸ਼ਰ ਆ ਯਾ ਸਟਲ ਬੁੱਲਿੰਗ ਆ ਉਹ ਚਲਦੀ ਰਹਿੰਦੀ ਹੈ ਚਲਦੀ ਰਹਿੰਦੀ ਉੱਥੇ ਫਿਰ ਬਿਲਕੁਲ ਠੀਕ ਹੈ ਮਾ ਮਾਪ ਨੂੰ ਬੱਚਿਆਂ ਦਾ ਸਾਥ ਉੱਥੇ ਦੇਣਾ ਚਾਹੀਦਾ ਰੋਣਾ ਹੁਣ ਮੈਂ ਤੁਹਾਨੂੰ ਦੱਸਦਾ ਸੰਸਰ ਮੈਨੂੰ ਇੱਕ ਮੇਨ ਸਟ੍ਰੀਮ ਦਾ ਜਿਹਨੂੰ ਆਪਾਂ ਗੋਰਾ ਕਹਿੰਦੇ ਨੇ ਆ ਗੋਰਾ ਮਿਲਿਆ ਜਾ ਕੇ ਤੇ ਉਹ ਆਪਣੇ ਕੋ ਵਿਆਹ ਕਰਾਉਣ ਦੀ ਗੱਲ ਕਰੇ ਉਹ ਕਹੇ ਵਿਆਹ ਮੈਂ ਕਹਿੰਦਾ ਵਿਆਹ ਕਰਾ ਲਿਆ ਕਹਿੰਦਾ ਨਹੀਂ ਵਿਆਹ ਨਹੀਂ ਮੈਂ ਕਰਾਇਆ ਹੈਗਾ ਉਹਦੇ ਨਿਆਣੇ ਵੀ ਵਿਆਹ ਨਹੀਂ ਮੈਂ ਕਹਿੰਦਾ ਵਿਆਹ ਕਿਉਂ ਨਹੀਂ ਕਰਾਇਆ ਕਹਿੰਦਾ ਵੈਰੀ ਐਕਸਪੈਂਸਿਵ ਐਕਸਪੈਂਸਿਵ ਤੇ ਮੈਂ ਅਫੋਰਡ ਨਹੀਂ ਕਰ ਸਕਦਾ ਮੈਂ ਤੱਕਦਾ ਹੈਗਾ ਹਰ ਸਾਲ ਪੇ ਕਰਾਂ ਬੜਾ ਉਹ ਕਰ ਨਹੀਂ ਸਕਦਾ ਤੇ ਮੈਂ ਕਿਹਾ ਐਕਸਪੈਂਸਿਵ ਕਰਦਾ ਕਹਿੰਦਾ ਐਕਸਪੈਂਸਿਵ ਹੈਗਾ پارٹی ਕਰਨੀ ਉਹ ਕਰਨਾ ਕੈਮਰੇ ਫੋਟੋ ਇਹ ਵਾ ਉਹਨਾਂ ਕਈ ਖਰਚੇ ਗਿਣਾਇ ਕਰੂੰਗਾ ਰਿਸੈਪਸ਼ਨ ਦੇ ਤੇ ਮੈਂ ਅਫੋਰਡ ਨਹੀਂ ਕਰ ਸਕਦਾ ਤੇ ਮੈਂ ਕੌਮਨ ਲਾ ਦੇ ਦੀਂ ਸੰਦਾ ਮੈਂ ਕਿਹਾ ਤੂੰ ਉਹ ਦੂਜੇ ਅਫੋਰਡ ਨਹੀਂ ਕਰ ਸਕਦਾ ਤਾਂ ਤੂੰ ਕੋਰਟ ਮੈਰਿਜ ਕਰ ਲੈ ਰਜਿਸਟਰਰ ਮੈਰिजਿਸ ਕੋਲ ਚੱਲ ਜਾ ਉਹ ਕਰ ਲੈ ਜਾ ਕੇ ਕਹਿੰਦਾ ਉਹਨਾਂ ਕੀ ਫਾਇਦਾ ਹੋ ਮੈਂ ਕਿਹਾ ਉਹਨਾਂ ਦਾ ਤੇਰਾ ਫਾਇਦਾ ਹੋ ਜੂ ਪੇ ਵਿਆਹ ਹੋ ਜੂ ਤੇਰਾ ਜਾ ਕੇ ਅੱਛਾ ਉਹ ਵਿਆਹ ਹੋ ਜਾ ਉਹ ਕਹਿੰਦਾ ਵੀ ਹੁਣ ਕੀ ਫਰਕ ਆ ਮੇਰਾ ਹੋਏ ਹੋਏ ਹੁਣ ਵੀ ਮੈਂ ਰਹੇ ਰਹ ਉਹ ਲਿਖਣਾ ਕੀ ਹੋ ਜਾ ਮੈਨੂੰ ਕਹਿੰਦਾ ਮੈਨੂੰ ਕਹਿੰਦਾ ਉਹਦੇ ਨਾਲ ਕੀ ਫਰਕ ਵਿਆਹ ਤਾਂ ਤਾਂ ਆ ਕਹਿੰਦਾ ਜੇ ਹੁਣ ਖਰਚਾ ਕੋਚਾ ਹੋਵੇ ਰਿਸੈਪਸ਼ਨ ਵਗੈਰਾ ਹੋਵੇ ਉਹ ਉਹਦੇ ਤੇ ਲਿਖ ਲਿਆ ਜਾਂ ਇਦਾਂ ਰਹਿ ਲਿਆ ਇਹਦਾ ਇਹਦਾ ਮੈਨੂੰ ਕੀ ਫਰਕ ਹੈਗਾ ਜਾ ਕੇ ਉਹਦੇ ਨਾਲ ਕੀ ਫਰਕ ਪਿਆ ਫਿਰ ਸਾਹਿਬ ਫੇਰ ਮੈਂ ਇੱਕ ਗੱਲ ਕਹਿ ਦਵਾ ਦੇਖੋ ਇਸ ਇਸ ਗੱਲ ਦਾ ਵੀ ਆਪਣੇ ਬੰਦੇ ਤਿਆਰ ਰੱਖ ਲੈਣ ਵਿਆਹ ਮਰਜ਼ੀ ਦਾ ਹੋਵੇ ਜਾਂ ਲਵ ਮੈਰਿਜ ਦਾ ਹੋਵੇ ਜਾਂ ਚਾਰਲਾਮਾਂ ਵਾਲਾ ਹੋਵੇ ਜਾਂ ਸੱਤਲਾਮਾਂ ਵਾਲਾ ਹੋਵੇ ਜਾਂ ਕੋਰਟ ਮੈਰਿਜਸ ਹੋਵੇ ਜਾਂ ਕਾਮਨ ਲਾ ਦੇ ਵਿੱਚ ਮੈਰਿਜਸ ਹੋਵੇ ਇਹ ਸ਼ਾਦੀ ਨੂੰ ਸਫਲ ਕਰਨ ਦੇ ਵਿੱਚ ਇਹਨਾਂ ਦਾ ਕੋਈ ਰੋਲ ਨਹੀਂ ਹੈ ਇਹਨਾਂ ਚ ਇਹ ਰੋਲ ਨਹੀਂ ਹੈ ਵੇ ਚਾਰਲਾਮਾਂ ਵਾਲਾ ਜਿਆਦਾ ਸਫਲ ਹੁੰਦਾ ਸੱਤਲਾਮਾਂ ਵਾਲਾ ਜਿਆਦਾ ਹੁੰਦਾ ਜਾਂ ਹੋ ਇਹਦਾ ਕੋਈ تعلق ਨਹੀਂ ਇਹਦੇ ਨਾਲ ਜਾਂ ਕਾਮਨ ਲਾ ਵਾਲਾ ਜਿਆਦਾ ਹੁੰਦਾ ਵਿਆਹ ਕਰਾਉਂਦੇ ਆ ਜਾਂ ਨਹੀਂ ਕਰਾਉਂਦੇ ਜਾਂ ਲਿਖਤੀ ਰੂਪ ਦੇ ਵਿੱਚ ਕਰਾਉਂਦੇ ਆ ਉੱਥੇ ਲਿਖਣ ਦੇ ਨਾਲ ਕੋਈ ਬਹੁਤਾ ਫਰਕ ਵਿਆਹ ਦੀ ਜਿਹੜੀ ਕਾਮਯਾਬੀ ਹੈਗੀ ਆ ਉਹ ਹੈਗੀ ਹੈ ਇੱਕ ਦੂਜੇ ਪ੍ਰਤੀ ਰਿਸਪੈਕਟ ਇੱਕ ਦੂਜੇ ਪ੍ਰਤੀ ਮੁਹੱਬਤ ਇੱਕ ਇੱਕ ਦੂਜੇ ਪ੍ਰਤੀ ਪਿਆਰ ਕਨਸਿਡਰੇਸ਼ਨ ਕਿੰਨੀ ਤੁਸੀਂ ਗੱਲ ਮੰਨਦੇ ਆ ਕਿੰਨੀ ਸਹਿਨਸ਼ੀਲਤਾ ਤੁਹਾਡੇ ਵਿੱਚ ਆ ਕਿੰਨਾ ਤੁਸੀਂ ਜਿਹੜਾ ਹੈਗਾ ਆਪਣੇ ਆਪਣੇ ਸਾਥੀ ਦੀ ਦੇ ਨਾਲ ਤੁਸੀਂ ਵਿਵਹਾਰ ਚੰਗਾ ਮਾੜਾ ਕਰਦੇ ਇਹਦੇ ਤੇ ਡਿਪੈਂਡ ਕਰਦਾ ਆ ਤੁਹਾਡਾ ਆਪਸ ਵਿੱਚ ਸ਼ਾਦੀ ਕਿੱਦਾਂ ਹੁੰਦੀ ਆ ਕਾਮਨ ਲਾਚ ਹੁੰਦੀ ਆ ਜਾਂ ਕੋਰਟ ਦੇ ਵਿੱਚ ਹੁੰਦੀ ਆ ਜਾਂ ਲਾਵਾਂ ਨਾ ਹੁੰਦੀ ਆ ਜਾਂ ਥੋੜੀਆਂ ਲਾਵਾਂ ਹੁੰਦੀਆਂ ਇਹ ਥੈਟ ਡਸਨਟ ਮੈਟਰ ਸੋ ਇਹਦੇ ਉੱਤੇ ਪਬਲਿਕ ਓਪੀਨੀਅਨ ਚਾਹੇ ਕੁਝ ਵੀ ਬਣਦੀ ਆ ਇਹਦੇ ਉੱਤੇ ਡਰਨ ਦੀ ਲੋੜ ਨਹੀਂ ਹੈ ਜਾ ਕੇ ਵੀ ਇਹ ਆਪਣੇ ਪਬਲਿਕ opinion ਕੀ ਬਣ ਜਾਊਗੀ ਜਾਂ ਕੀ ਨਾ ਬਣ ਜਾਊਗੀ ਪਰ ਆਪਣੀ ਜਿਹੜੀ ਹੈਗੀ ਆ ਕੌਨਸ਼ੀਅਸ ਨੂੰ ਜਿਹੜਾ ਹੈਗਾ ਉਹ ਦੇਖਣਾ ਬਹੁਤ ਜ਼ਰੂਰੀ ਆ ਕਿ ਤੁਹਾਨੂੰ ਕਿਦਾਂ ਲੱਗਦੀ ਹੈ ਤੁਹਾਨੂੰ ਗੱਲ ਕਿਦਾਂ ਲੱਗਦੀ ਹੈ ਉਹ ਤੇ ਜ਼ਰੂਰ ਕਰਨ ਵਾਲੀ ਜਿਹੜੀ ਗੱਲ ਹੈ ਇਸ ਦਾ ਮਜ਼ਾਕ ਜੋਰ ਹੈ ਰੈਡ ਐਫ ਐਮ